वाहेगुरु जी का खालसा, वाहेगुरु जी की फतेह। अज माघी का पवित्र दिहाड़ा वा जी, ते साडे परिवार दे सारे बह जाओ बापू जी, हां बह जाओ, बैठे रहे पा दिंदे आ। ते असी सारे साडे परिवार दे मैंबर आ जिहड़े उन्हां दा इशनान करा रहे हां, ते सारे मैंबर साडे लगे होए ने। पहलां तां इथों शुरू होईए बापू, माघी दीआं मुबारकां तुहानूं बहुत बहुत। इथों शुरू होईए, आ देखो इधर हो जा पुत, मैं पिछे नूं इह जैकटां मां सारिआं दीआं तुसीं देख सकदे हो, हर इक बंदा। ओ लाइट आई नहीं काके, लाइट कित्थे आ? भज के फड़ के लिया पुत ना। ते हर एक जिहड़ा मैंबर आ उहदे बाय नेम सारे जैकटां वा, इह जिहड़ियां उपर दी पाउणियां ना। इह साडे टीम दे मैंबर गुरप्रीत उहनां दी टीम आ, जिहड़ा किसे टाइम वीर ब्लाइंड हुंदा सीगा, अज उहनूं दिखण लग गिआ वा। ते उहनूं वाहिगुरू ने एड्डी किरपा कीती आ, उहदी ड्यूटी लाई आ। इत्थों इक दे वाढे तुसीं देखो, हर एक मैंबर दे नाम ते जैकट दे उपर लख के इहनूं चिणिआ होइआ, इदां ही चक चक साडे वलंटीअर पाई जांदे। इस ते हैगे जी अगे, इह बॉडी वॉर्मर आ, जिहड़े थले दी पाउणे आ, इह बॉडी वॉर्मर आ। हर एक बंदे दा नाम लिखिआ होइआ उपर बाय नेम सारिआं दे। इस तों अगे कुड़ते पजामे पए आ जी सारिआं दे, तुसीं देखो इह कुड़ते पजामे बाय नेम स्टिकर लगे होए ने, नाम लिखे होए ने। आ एन लिखी है जिहड़ी, इह न्यू आ। इहदे तीन सैट आ साडे कोले, जिहड़ा नीला रंग आ ना, खालसाई रंग साडा, इह नीले रंग दीआं तीन सैट आ। इदां ही कॉफी कलर दे वी तीन सैट आ साडे कोले। इह सारे मैंबरां दे इस तरह असीं इशनान करा करा के, जिहड़ा आ गुरप्रीत साडा लक्की वीरे होणी, कई बंदे साडे नाल लगदे ने। मिठी आ वीरे, कपड़े धोंदा वा, ਇਹ ਵੀਰ ਦੀ ਸਾਰਾ ਦਿਨ ਕੱਪੜੇ ਧੋਣ ਤੇ ਡਿਊਟੀ ਲੱਗੀ ਹੋਈ ਆ। ਸਵੇਰੇ ਜਦੋਂ ਇਸ਼ਨਾਨ ਕਰਾਉਣੇ ਆ, ਇਹਨਾਂ ਦੀ ਸਾਰਿਆਂ ਤੇ ਟੀਮ ਲੱਗੀ ਹੋਈ ਡਿਊਟੀ। ਕਰੀਮ ਜਿਹੜੇ ਜਿਹੜੇ ਬੰਦਿਆਂ ਨੂੰ ਕੋਈ ਸਕਿਨ ਦੀ ਪ੍ਰੋਬਲਮ ਆ, ਉਹਨਾਂ ਦੇ ਕਰੀਮਾਂ ਲਾਉਣੀਆਂ ਸਾਰਿਆਂ ਦੇ, ਗਲਵਸ ਬਦਲ ਬਦਲ ਕੇ। ਤੇ ਸਭ ਤੋਂ ਵੱਡੀ ਡਿਊਟੀ ਗੁਰਪ੍ਰੀਤ ਵੀਰੇ ਦੀ ਆ। ਬਹੁਤ ਧੰਨਵਾਦ ਗੁਰਪ੍ਰੀਤ, ਬਹੁਤ ਜ਼ਿਆਦਾ ਧੰਨਵਾਦ ਭਾਈ ਤੇਰਾ। ਹਰ ਇੱਕ ਕੱਪੜੇ ਨੂੰ ਮੇਨਟੇਨ ਕਰਨਾ, ਉਹਨੂੰ ਪ੍ਰੈਸ ਕਰਾ ਕੇ ਰੱਖਣਾ, ਤੇ ਉਹਨੂੰ ਇਕੱਠੇ ਕਰਨਾ ਬਾਏ ਨੇਮ, ਪਜਾਮੇ ਨੂੰ ਕੁੜਤੇ ਨਾਲ ਜੋੜਨਾ। ਫਿਰ ਇਸੇ ਤਰ੍ਹਾਂ ਹੀ ਬਾਡੀ ਵਾਰਮਰ ਆ, ਉਹਦੇ ਵੀ ਪਜਾਮੇ ਨੂੰ ਕੱਪੜੇ ਸਾਰੇ ਇਕੱਠੇ ਕਰਨੇ। ਪਿਆਰੇ ਹੁਣੀ ਸਾਡੇ ਨਾਲ ਆ, ਹਾਂ ਆ ਪਿਆਰੇ ਹੁਣੀ ਸਾਡੇ ਨਹਾਈ ਜਾਂਦੇ ਆ ਜੀ, ਸਾਰੇ ਇਸ਼ਨਾਨ ਹੋਈ ਜਾਂਦੇ ਆ ਬਾਬਿਆਂ ਦੇ। ਤੇ ਨਹਾ ਲਿਆ ਬਾਈ ਤੂੰ ਜਗਰੂਪ? ਕੱਪੜਿਆਂ ਦੀ ਡਿਊਟੀ ਲੱਗੀ ਹੋਈ ਆ, ਕੱਪੜਿਆਂ ਦੀ ਡਿਊਟੀ ਆ ਬਾਪੂ ਦੀ। ਕੋਮਲ ਦਾ ਅੱਜ ਜਨਮ ਦਿਨ ਵੀ ਆ ਬਾਪੂ, ਪਾਲਾ ਕੱਪੜੇ ਆ ਬਾਪੂ ਨੂੰ, ਦੇਖੀ ਪਾਲੇ ਬਾਬੇ ਨੂੰ ਆ ਕੇ ਪਾਲ, ਆ ਬਾਪੂ ਪਾਲੇ ਬਾਬੇ ਦੇ ਦੇ ਦੋ ਕੱਪੜੇ ਕਾਕਾ। ਜਦੋਂ ਬੰਦਾ ਇੱਥੋਂ ਨਹਾਉਣ ਨੂੰ ਭੇਜਦੇ ਹੋ ਅੰਦਰ, ਉਦੋਂ ਹੀ ਉਹਦੇ ਕੱਪੜੇ ਹੱਥ ਚ ਕਰ ਲਿਆ ਕਰੋ, ਜਦੀ ਫਿਰ ਜਦੋਂ ਬਾਹਰ ਆਊਗਾ ਪਹਿਲਾਂ ਹੀ ਉਹਦੇ ਕੱਪੜੇ ਹੱਥ ਚ ਹੋਣ। ਹੁਣ ਪਾਲੇ ਬਾਬੇ ਦੇ ਕੱਪੜੇ ਲੱਭੀ ਜਾਂਦਾ ਹੋ ਜੇ, ਨਾਲ ਦੀ ਨਾਲ ਹੀ ਬਾਪੂ ਚੰਡੋਕ ਸਾਹਿਬ। ਬਾਪੂ ਜੀ ਮਾਘੀ ਦੀਆਂ ਮੁਬਾਰਕਾਂ ਜੀ, ਮੁਬਾਰਕਾਂ ਬਾਪੂ ਸਰਬਜੀਤ ਸਿੰਘ ਜੀ। ਅੱਜ ਬਾਪੂ ਜੀ ਨੇ ਮਾਘੀ ਦਾ ਇਸ਼ਨਾਨ ਕੀਤਾ। ਬਾਪੂ ਜੀ ਰਾਤ ਦੱਸਦੇ ਸੀ ਵੀ ਲੋਹੜੀ ਨਾ ਦੀਵਾਲੀ ਕੋਈ ਨੀ ਸੀ ਮਨਾਉਂਦੇ, ਏਦਾਂ ਹੀ ਬਸ ਅੰਦਰ ਬੈਠੇ ਰਹਿੰਦੇ ਸੀ। ਤੇ ਆ ਕੋਮਲ ਦਾ ਅੱਜ ਸਾਡੇ ਦਾ ਜਨਮ ਦਿਨ ਵੀ ਆ। ਹੈਪੀ ਬਰਥਡੇ, ਹੈਪੀ ਬਰਥਡੇ ਕੋਮਲ। ਇੱਧਰ ਸਾਰੇ ਬਜ਼ੁਰਗ ਜਿਨ੍ਹਾਂ ਦੇ ਇਸ਼ਨਾਨ ਹੋ ਗਏ ਆ ਜਾਂ ਇੱਥੇ ਬੈਠੇ ਨੇ, ਇਹਨਾਂ ਨੇ ਇਸ਼ਨਾਨ ਕਰਾ ਤੇ। ਸਰਪੰਚ ਸਾਹਿਬ ਕਰ ਲਿਆ ਜੀ ਇਸ਼ਨਾਨ? ਮਾਘੀ ਦੀਆਂ ਮੁਬਾਰਕਾਂ ਸਰਪੰਚ ਸਾਹਿਬ ਤੁਹਾਨੂੰ, ਬਹੁਤ ਬਹੁਤ ਮੁਬਾਰਕਾਂ। ਇਹ ਦੇਖੋ ਇਹਨਾਂ ਦੇ ਪਵਾਏ ਜਾ ਰਹੇ ਨੇ ਹਨਾ। ਤੇ ਆਹ ਸਾਡਾ ਬਲਜਿੰਦਰਾ, ਮਾਘੀ ਦੀਆਂ ਮੁਬਾਰਕਾਂ ਪੁੱਤ, ਲੈ ਮੈਂ ਪਾ 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 ਬਲਵਿੰਦ ਬਲਜਿੰਦਰ ਸਾਡਾ
ਕਿਸੇ ਟਾਈਮ ਕਬੱਡੀ ਦਾ ਪਲੇਅਰ ਸੀ ਵਧੀਆ ਪਰ ਕੁਛ ਚੰਗੀ ਕਿਸਮਤ ਵਾਲੇ ਸੀ ਅਸੀਂ ਸਾਰੇ ਜਿਹੜਾ ਸੀ ਇੱਥੇ ਇਕੱਠੇ ਹੋਏ ਆ ਇੱਥੇ ਹੁਣ ਸਾਰਿਆਂ ਦੇ ਵਾਲ ਬਾਹੇ ਜਾ ਰਹੇ ਆ ਬਜ਼ੁਰਗਾਂ ਦੇ ਇੱਧਰ ਜਿਹੜੇ ਕੇਸੀ ਇਸ਼ਨਾਨ ਹੋਇਆ ਡਰਾਇਰ ਦੇ ਨਾਲ ਸੁਕਾਏ ਜਾ ਰਹੇ ਆ ਵਾਲ ਵੀ ਜਿਹੜੇ ਨਾਲ ਗਿੱਲੇ ਵਾਲ ਨਾ ਇਕੱਠੇ ਹੋਣ ਫਿਰ ਖਰਾਬ ਹੋ ਜਾਂਦਾ ਸਾਰਾ ਸਮੈਲ ਆਉਣ ਲੱਗ ਜਾਂਦੀ ਆ ਤੇ ਸਾਰੇ ਬਜ਼ੁਰਗ ਆ ਜਿਹੜੇ ਵੀਰ ਆ ਜਿਹੜੇ ਸਾਡੇ ਇਸ਼ਨਾਨ ਕਰਕੇ ਇੱਥੇ ਬੈਠੇ ਆ ਕੇ ਹਰਸਿਮਰਨ ਕਿਸੇ ਟਾਈਮ ਖੁਦ ਆਪ ਠੀਕ ਨਹੀਂ ਸੀ ਅੱਜ ਸਾਡਾ ਭਰਾ ਠੀਕ ਹੋ ਕੇ ਸਾਡੇ ਨਾਲ ਸੇਵਾ ਕਰਾਉਂਦਾ ਵਾਹਿਗੁਰੂ ਮਿਹਰ ਕਰੇ ਮੇਰੇ ਛੋਟੇ ਭਰਾ ਤੇ ਇਹ ਸਾਡੇ ਪਰਿਵਾਰ ਦੇ ਮੈਂਬਰਾਂ ਦੀ ਇੱਕ ਪਰਮਾਤਮਾ ਨੇ ਡਿਊਟੀ ਲਾਈ ਆ ਕਿੱਦਾਂ ਕਿੱਦਾਂ ਬੰਦੇ ਕਿਹੜੇ ਕਿਹੜੇ ਹਾਲਾਤਾਂ ਚੋਂ ਨਿਕਲ ਕੇ ਸੇਵਾ ਕਰਦੇ ਨੇ ਬੱਚੇ ਨੇ ਸਾਡੇ ਅਨਮੋਲ ਹੁਣੀ ਪੜ੍ਹਦੇ ਵੀ ਆ ਸਕੂਲੇ ਜਾਂਦੇ ਨੇ ਨਾਲ ਦੀ ਨਾਲ ਸੇਵਾਵਾਂ ਕਰਾਉਂਦੇ ਨੇ ਹੈਪੀ ਹੁਣ ਕੱਪੜਿਆਂ 'ਤੇ ਡਿਊਟੀ ਲਾਈ ਖੜਾ ਆ ਸ਼ਾਂਤੀ ਤੂੰ ਕਰਾਉਣਾ ਉਹਨਾਂ ਨਾਲ ਠੀਕ ਆ ਸਵੇਰੇ ਆਇਆ ਨਾ ਕਿ ਇੱਥੇ ਹੀ ਪੈਂਦਾ ਤੂੰ ਇੱਥੇ ਹੀ ਪੈਂਦਾ ਅੰਮ੍ਰਿਤਸਰ ਤੋਂ ਵੀਰ ਨੂੰ ਲੈ ਕੇ ਆਏ ਸੀ ਤੁਸੀਂ ਦੇਖਿਆ ਸੀ ਅਤੇ ਅੱਜ ਇਹ ਵੀਰਾ ਠੀਕ ਹੋ ਰਿਹਾ ਜਮਾਂ ਦੀ ਲੱਤ ਅਤੇ ਬਹੁਤ ਵੱਡਾ ਜ਼ਖਮ ਸੀ ਹੁਣ ਬਿਲਕੁਲ ਠੀਕ ਆ ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਇਹ ਚੀਜ਼ਾਂ ਨੂੰ ਵਾਰ ਵਾਰ ਨਾ ਰਿਪੀਟ ਕਰਿਆ ਕਰੀਏ ਅਤੇ ਪਰ ਹੁਣ ਸਾਡਾ ਹੈਪੀ ਛੋਟਾ ਵੀ ਠੀਕ ਆ ਹਾਂ ਸਰਪੰਚ ਆ ਤੂੰ ਐਂ ਮੂੰਹ ਕਰੀ ਖੜਾ ਇੱਧਰ ਦੀ ਆ ਬਾਪੂ ਕੀ ਹੋ ਗਿਆ ਤੈਨੂੰ ਨੰਗਣ ਦੇ ਹੈਪੀ ਪੁੱਤ ਨੰਗ ਲੈਣ ਦੇ ਬਾਪੂ ਕੀ ਹੋ ਗਿਆ ਸਰਪੰਚ ਸਾਹਿਬ ਇੱਦਾਂ ਕਰਿਆ ਤੁਸੀਂ ਠੀਕ ਨਹੀਂ ਗਾ ਕੀ ਹੋ ਗਿਆ ਮੇਰੇ ਬਾਪੂ ਨੂੰ ਕੀ ਹੋ ਗਿਆ ਦੱਸ ਤਬੀਅਤ ਖਰਾਬ ਹੈ ਕੀ ਹੋਇਆ ਤਬੀਅਤ ਨੂੰ ਮਤਲਬ ਬੁਖਾਰ ਹੋ ਗਿਆ ਜਾਂ ਖੰਘ ਹੋ ਗਈ ਖੰਘ ਆ ਖਾਂਸੀ ਹੈ ਥੋੜ੍ਹੀ ਜਿਹੀ ਓਕੇ ਔਰ ਪੇਟ ਸਾਫ ਹੋ ਗਿਆ ਹੋ ਗਿਆ ਸਾਹਿਬ ਠੀਕ ਹੈ ਮੇਰੇ ਬਾਪੂ ਨੇ ਠੀਕ ਹੋ ਜਾਣਾ ਐਵੇਂ ਆ ਜਾ ਆਪਾਂ ਇਸ਼ਨਾਨ ਕਰੀਏ ਮੈਂ ਨਹਾਉਣਾ ਤੈਨੂੰ ਬਾਪੂ ਨੂੰ ਮੇਰੇ ਨੂੰ ਹੈ ਹੁਣ ਦਸਤਾਰਾਂ ਵੀ ਬੰਨੀਆਂ ਜਾ ਰਹੀਆਂ ਇੱਧਰੋਂ ਸਾਰੀਆਂ ਦਸਤਾਰਾਂ ਧੋਤੀਆਂ ਹੋਈਆਂ ਇਹ ਸਾਰੀ ਉਹਦੀ ਕਿਰਪਾ ਪਰਮਾਤਮਾ ਦੀ ਬੰਦੇ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਤੁਹਾਨੂੰ ਮਾਘੀ ਦੇ ਦਿਹਾੜੇ ਦੀਆਂ ਮੁਬਾਰਕਾਂ ਬਹੁਤ ਬਹੁਤ ਤੁਸੀਂ ਕਦੇ ਮਾਘੀ ਦੇ ਉੱਥੇ ਜਾਂਦੇ ਸੀ ਮੁਕਤਸਰ ਸਾਹਿਬ 15 ਦਿਨ ਪਹਿਲਾਂ ਚਲੇ ਜਾਂਦੇ ਘੋੜੇ ਲੈ ਕੇ ਅੱਛਾ ਘੋੜੇ ਲੈ ਕੇ ਉੱਥੇ 15 ਦਿਨ ਪਹਿਲਾਂ ਚਲੇ ਜਾਂਦੇ ਸੀ ਫਿਰ ਬਾਅਦ ਚ ਕਦੋਂ ਆਉਂਦੇ ਸੀਗੇ ਸਾਰਾ ਮੇਲਾ ਵਿਜੜੇ ਤੇ ਵਿਜੜੇ ਤੇ ਆਉਂਦੇ ਸੀ ਵਾਹ ਜੀ ਵਾਹ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਲੱਗ ਜਾਂਦੇ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੇ ਖਾਲਸੇ ਸਾਡੇ ਕੋਲ ਵਾਹਿਗੁਰੂ ਨੇ ਭੇਜੇ ਹੋਏ ਆ ਹਾਂਜੀ ਜੈ ਕਿਸ਼ਨ ਜੀ ਮੈਂ ਨਵਾਉਣਾ ਤੁਹਾਨੂੰ ਕੋਈ ਨਾ ਚਾਹ ਇੱਧਰ ਚਾਹ ਦਿੱਤੀ ਜਾ ਰਹੀ ਹੈ ਨਾਲ ਦੀ ਨਾਲ ਗਰਮ ਚਾਹ ਇੱਥੇ ਰੱਖੀ ਹੋਈ ਆ ਨਾਲ ਦੀ ਨਾਲ ਚਾਹ ਇੱਧਰ ਕਾਕਾ ਜੀ ਪਾਲ ਕਿੱਧਰ ਗਿਆ ਪਾਲ ਤੈਨੂੰ ਲੱਭਣਾ ਪੈਂਦਾ ਪੁੱਤ ਦਲਪ੍ਰੀਤ ਹੁਣੀ ਚਾਹ ਵੰਡ ਰਹੇ ਆ ਇੱਧਰ ਸਾਰਿਆਂ ਦੇ ਕੱਪੜੇ ਆ ਜਿਹੜੇ ਨਾਲ ਦੀ ਨਾਲ ਪਵਾਏ ਜਾ ਰਹੇ ਆ ਅੱਜ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਆਪਾਂ ਸਾਰੇ ਮੱਘਰ ਦੇ ਮਹੀਨਾ ਜਦੋਂ ਮਾਘੀ ਦਾ ਮਹੀਨਾ ਸ਼ੁਰੂ ਹੁੰਦਾ ਇਹ ਬੜਾ ਪਵਿੱਤਰ ਦਿਹਾੜਾ ਮੰਨਿਆ ਗਿਆ ਸਿਮਰਨ ਵਾਸਤੇ ਬਾਣੀ ਵਾਸਤੇ ਗੁਰੂ ਸਾਹਿਬ ਨੇ ਮੁਕਤਸਰ ਦੀ ਧਰਤੀ ਦੇ ਉੱਪਰ ਮਾਘੀ ਦਾ ਮੇਲਾ ਲੱਗਦਾ ਜਿੱਥੇ ਟੁੱਟੀ ਗੰਢੀ ਗਈ ਸੀਗੀ 40 ਮੁਕਤਿਆਂ ਦੀ ਧਰਤੀ ਅੱਜ ਸਾਡੇ ਘਰ ਦੇ ਵਿੱਚ ਵੀ ਅਸੀਂ ਪਿਆਰਿਆ ਪੁੱਤ ਬੂਟ ਪਾ ਤੇਰੇ ਬੂਟ ਕਿੱਥੇ ਲਾਏ ਆ ਬੂਟ ਕਿੱਥੇ ਲਾਏ ਆ ਪਹਿਲਾਂ ਦੱਸ ਬੂਟ ਕਿੱਥੇ ਲਾਤੇ ਪੁੱਤ ਦੇ ਬੂਟ ਦੇ ਪਿਆਰੇ ਦੇ ਕੱਢ ਕੇ ਨੰਗੇ ਪੈਰੀ ਨਹੀਂ ਪੁੱਤ ਨਿਕਲਣਾ ਠੰਡ ਲੱਗ ਜੂਗੀ ਹਾਂ ਠੰਡ ਲੱਗ ਜੂ ਮੇਰੇ ਪੁੱਤ ਨੂੰ ਆਨੇ ਬੱਦਰੀ ਵਾਲਾ ਬੂਟ ਲੱਭ ਗਿਆ ਤੇਰਾ ਇੱਕ ਪਾਲਾ 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 ਪਾਲੇ ਆ ਬੈਲਟ ਜੀ ਉੱਪਰ ਕਰਦੀ ਇਹਦੇ ਗਿੱਟੇ ਤੇ ਆ ਪਿਆਰੇ ਦੀ ਜੈਕਟ ਲੱਭਿਓ ਕਿੱਥੇ ਆ ਬੋਡੀ ਵਾਰਮਟ ਪਾ ਲਿਆ ਥੱਲੇ ਦੀ ਪਾਇਆ ਵਾ ਕਿ ਅੰਮਾ
ਪਾਲੇ ਵੀ ਪਾਲੇ ਬੂਟ ਮੇਰੇ ਪਿਆਰੇ ਵੀਰ ਦੇ ਪਿਆਰੇ ਦੇ ਪਿਆਰੇ ਦੇ ਬੂਟ ਪੈ ਗਏ ਤੈਨੂੰ ਪਾਲੀ ਸੋਹਣੇ ਸੋਹਣੇ ਆਪਣਾ ਜੈਕਟ ਪਾ ਲਾ ਆਹ ਜੈਕਟ ਪਾ ਚਾਹ ਪੀ ਲਈ ਪਹਿਲਾਂ ਹਾਂ ਚਾਹ ਪੀ ਲੈ ਚੱਲ ਦੇ ਵੀ ਚਾਹ ਪਿਆਰੇ ਨੂੰ ਪਹਿਲਾਂ बापू गोपाल स्नान कराया मैं सच इधर सारे स्नान किए जा रहे ने आया सरपंच आया सरपंच बूट ला दे इत इत ला रहे बूट साइड ला उन्ना चप्पल पा ला बापू चप्पल पा ला पति नहीं कोई गल नहीं इतने ला ला मैं जराबा पाना इतने बैठ तू आके इतने बह जा बापू रहन दे पाउन मैं जराबा लाना इतने बह जा बापू इतने बह जा ला दे पहले तो जैकट जैकट दी जेबा तो नहीं कुछ है गर्मा गर्म पानी ने नहा लेना मेरे बापू ने नहाना वा करोके नहाना नहाना वा सारे बच्चे ले बापू कैम सर ते हथ फेर ला मूह हथ फेर ला क्या मूह के हथ फेर ना खंघ नी काम नहीं होता एकदम हवा नहीं लगती जो आप सिर नंगा कर दे ये सारे कपड़े जी हुण नाल दी नाल धोण चले जाने ते नाल दी नाल जिवें जिवें स्नान करी जांदे बंदे उन्हां दे नवे बॉडी वार्मर नवे बह जा बापू बह जा मैं लाउना अच्छा दे बापू मेरे बापू मेरे मेरे पाल इतने खड़ दी हूं दो मिनट आप लक तो रखा नहीं ऐसे बजे बापू बापा बापू ज्यादा गर्म तो नहीं ठीक है बिल्कुल ठीक है ना सवेर दे तुहाडे टीम दे मैंबर लगे हुए ने स्नान करवा सारिआं नूं 200 तो प्लस मैंबर आ जिहड़े मैंटली ठीक नहीं हैगे ते उहनां नूं स्नान करवाउणा भी अपने आप दे विच इक चैलेंज हुंदा ते फिर असी इहदे विच हुण 270 दे आस पास मैंबर आ जिहड़े जिन्हां दा स्नान होना अज सारिआं दा ते फिर उस तों बाद 20-22 वलंटियर आ साडे जिहड़े वीर जिन्हां ने स्नान करना आप खुद उस तों बाद गुरु घर दे विच अरदास होण तों पहलां पहलां सारिआं ने स्नान करके
गुरुद्वारा साहब दे विच शामिल होना अरदास दे विच सारे ने ये मास्टर बलविंदर सिंह तेरी टीम आ चार जाने आ लब्बा वा नाल लग्या होया नाल बिक्की आ ते ये सारे ये अज नहीं कल्ला ये हर रोज दी इन्हां दी ड्यूटी आ ते हर रोज इन्हां ने इसी तरह साबण ला पा पूरे पिंड दे फटाफट नाल ला के ठंडा कदी बापू अखां वी चला बापू माड़ा जिहा हाँ बापू गोपाल बापू अज माघी है बापू है ना अज माघी का दिहाड़ा गर्म गर्म पानिया बापू एक बार शैंपू होर ला दिए वाला नू बापू ने बड़ी जिद करके ये केस रखे थे कहना भी मैं बाल नहीं कटाने मैं तो इतने रखने हैं केस आ जाओ मास्टर जी आ जाओ आ जाओ मास्टर जी सत श्री अकाल मास्टर जी की हाल है ठीक हो आ कच्चा पाके ना होना कोई ना लाउना नहीं का पानी दिखाई बापू नु कितना गर्म है भाई ठीक है बापू आ जाओ बापू जी हाँ हाँ ना लो बापू जी क्यों नहीं ना मैं जा भी ना चल ठीक है बापू मैं जाके जा भी लेना फिर तो तुसी ना लो आप पे ठीक है किसी ना आज किसी बापू खड़े हुए बापू गोपाल जी ਅਕਲ ਤੋਂ ਕਹਿਣਾ ਕਿ ਮੈਂ ਬਾਪੂ ਸਾਬਣ ਲਾਉਣਾ ਲਾ ਸਾਬਣ ਫਟਾਫਟ ਕੱਛੇ ਤੇ ਬਾਪੂ ਫਟ ਸਾਬਣ ਲਾ ਲਓ ਆਪੇ ਹਾਂ ਫਟਾਫਟ ਮਾਟਰ ਜੀ ਆ ਇਧਰ ਆ ਬਟ ਬਲ ਚਲੋ ਆ ਲੈ ਲਓ ਲਾ ਲਓ ਬਾਪੂ ਮੁਰੇ ਵੀ ਛੱਡ ਦੇ ਬਾਪੂ ਸਾਬਣ ਦੇ ਦੇ ਸਾਬਣ ਨੂੰ ਮਾਸਟਰ ਨੂੰ ਦੇ ਦੇ ਮਾਸਟਰ ਬਲਦੇਵ ਸਿੰਘ ਨਹੀਂ ਨਹੀਂ ਬਾਪੂ ਇਸ਼ਨਾਨ ਕਰਨ ਸਾਬਣ ਲਾਉਣਾ ਨਹੀਂ ਨਹੀਂ ਬਾਪੂ ਸਾਬਣ ਲਾਉਣਾ ਲਾ ਸਾਬਣ ਸ਼ੈਂਪੂ ਲਾ ਬਹਿ ਜਾ ਬਾਪੂ ਬਹਿ ਆਪ ਲਾ ਲਾ ਸਾਬਣ ਆਪੇ ਲਾ ਲਾ ਸਾਬਣ ਕਿੱਦਾਂ ਦੇ ਬੰਦਿਆਂ ਦੇ ਨਾਲ ਹਲੇ ਪਾਣੀ ਪਾਉਣਾ ਬਾਪੂ ਪਾਣੀ ਪਾਉਣਾ ਆਪੇ ਹੱਥ ਮਾਰ ਲਾ ਆਪੇ ਮਾਰ ਲਾ ਹਾਂ ਹਾਂ ਇੱਦਾਂ ਉਹ ਲੋਈ ਲਿਆ ਕੇ ਵੀ ਬਾਪੂ ਨਾਲ ਦੀ ਨਾਲ ਗਰਮ ਪਾਣੀ ਹੈ ਜਿਹੜਾ ਉਰੇ ਨੂੰ ਆ ਜਾ ਬਾਪੂ ਗੋਪਾਲ ਬਾਪੂ ਜੀ ਇਹ ਪਿੱਛੇ ਨੂੰ ਕਰ ਸਰ ਮਾੜਾ ਉੱਚਾ ਕਰ ਸਰ ਇੱਕ ਤੌਲੀਆ ਵੀ ਦੇਈ ਕਾਕੇ ਜਿਵੇਂ ਮਾਸਟਰ ਜੀ ਨੂੰ ਨਵਾਉਣਾ ਸਾਬਣ ਲਾਉਣਾ ਸ਼ੈਂਪੂ ਲਾਉਣਾ ਸਿਰ ਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਇੱਕ ਚੈਲੰਜ ਆ ਇਹ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਸਮਝਾਉਣਾ ਪੈਂਦਾ ਅਰ ਬਾਪੂ ਮੂੰਹ ਸਾਫ਼ ਕਰ ਲਈਏ ਮਾਸਟਰ ਜੀ ਬਹਿ ਲਓ ਬਹਿ ਲਓ ਬਹਿ ਲਓ ਮਾਸਟਰ ਜੀ ਆਪੇ ਲਾ ਲਓ ਚੰਗੀ ਤਰ੍ਹਾਂ ਨਾਲ ਕੱਛਾਂ 'ਚ ਲਾ ਲਓ ਕੱਛੇ ਚੰਗੀ ਤਰ੍ਹਾਂ ਲਾਓ ਬਾਪੂ ਜੀ रामजग बाबा मुबारक हो बहुत बहुत माघी के मील आज माघी का तू बापू ये कहना बंद कर दे हुण तू आपां कहिंदा सड़क ते भीख मंगदे आ एदां नहीं कहना बाऊ जी मैं बहुत बीमार हूं बाऊ जी मैं बहुत बीमार हूं हथ नहीं अड्डना हुण बापू मूहरे हथ नहीं अड्डना किसे दे मूहरे हथ अच्छा बापू
ਬਾਪੂ ਨਾਲ ਲਿਆ ਵੱਡੀ ਵਾਰ ਮਰ ਕਿੱਥੇ ਫੜਾਫੜ ਨਾਲੇ ਫੜਾਫੜ ਕੱਛਾ ਲੈ ਬਾਪੂ ਦੇ ਉੱਥੇ ਚੱਲ ਬਾਪੂ ਜੀ ਉੱਥੇ ਚੱਲੋ ਸਾਡਾ ਬਾਪੂ ਗੋਪਾਲ ਸਰਪੰਚ ਸਾਹਿਬ ਕਰ ਦੇ ਲੋਈ ਠੀਕ ਕਰਕੇ ਲੈ ਬਾਪੂ ਥੱਲੇ ਨੂੰ ਮੜੀ ਕੱਛਾ ਲਾਉਣਾ ਵਾ बापू का बॉडी वार्मर दे गोपाल बापू का जी कित्थे आ लो जी धन्यवाद ਜਿਵੇਂ ਬੋਡੀ ਵਾਰਮਰ ਆ ਹਨਾ ਅਲੱਗ ਅਲੱਗ ਰੱਖੇ ਹੋਏ ਆ ਸਾਰਿਆਂ ਦੇ ਇੱਥੇ ਸਟicker ਨਹੀਂ ਲੱਗ ਸਕਦੇ ਇਹਨਾਂ ਦੇ ਉੱਤੇ ਅਸੀਂ ਇਦਾਂ ਇਹ ਪੱਕਾ ਪੇਂਟ ਹੁੰਦਾ ਇੱਕ ਟਿਊਬ ਜੀ ਆਉਂਦੀ ਆ ਉਹਦੀ ਉਹਦੇ ਨਾਲ ਲਿਖ ਦਿੰਦੇ ਆ ਨਾਮ ਵੀ ਤਾਂ ਜੋ ਕਿਸੇ ਦੇ ਨਾਲ ਮਿਕਸ ਮੈਚ ਨਾ ਹੋਵੇ ਕਿਉਂਕਿ ਕਿਸੇ ਦੀ ਕਿਸ ਤਰ੍ਹਾਂ ਦੀ ਸਕਿਨ ਨਾਲ ਬਾਪੂ ਨੂੰ ਚਾਹ ਲਿਆ ਕੇ ਦੇ ਦੇ ਆ ਕੱਪ ਚਾਹ ਦੇ ਬਾਪੂ ਗੋਪਾਲ ਨੂੰ ਪ੍ਰਿੰਸ 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 ਤੂੰ ਆਦਾ ਮੰਗ ਲੈ ਜੀ ਕੀ ਮੰਗ ਲੈ ਦੋਨੋਂ ਤੋਂ ਮੈਂ ਤੌਲੀਆ ਮੰਗਦਾ ਅਸੀਂ ਤੌਲੀਆ ਮੰਗਦਾ ਤਾਰੇ ਤੰਦ ਨਾ ਤੌਲੀਆ ਤੇ ਨਵਾਂ ਤੌਲੀਆ ਆ ਤੌਲੀਆ ਦੇ ਕੋਈ ਖੜਾ ਬਾਪੂ ਖੜਾ ਹੋਈ ਮੜਿਆ ਮੂੰਹ ਗੁੰਝ ਲਾ ਜੰਦਾ ਵੇਖ ਤੇ ਜੜਾ बापू हूं दिन एक मिनट कोट झग्गा पा लेने बापू नू बापू बह जा बापू बह जा बापू बांपा इधरली पा 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 इधर पा अगे बापू अगे खिच 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 हाँ बापू इतने ਲੈ ਵੀ ਸਰਪੰਚ ਆ ਕਿਤੇ ਬਾਪੂ ਗੋਪਾਲ ਬੁੱਢਾ ਹੋ ਗਿਆ ਬੁੱਢਾ ਗੋਪਾਲ ਬਾਪੂ ਬੁੱਢਾ ਹੋ ਗਿਆ ਬੁੱਢਾ ਹੈ ਨਾ ਬਾਪੂ ਹੁਣ ਨੇ ਅੱਗਾ ਕੇ ਖੜਾ ਹੋਈ ਬਾਪੂ ਮੜਿਆ ਖੜਾ ਹੋਈ ਬਾਪੂ ਮੜਿਆ ਖੜਾ ਹੋਈ ਹੁਣ ਬਾਪੂ ਨੂੰ ਮੇਰੇ ਨੂੰ ਨਿੱਘ ਆ ਗਿਆ ਹੁਣ ਬਾਪੂ ਬਾਲ ਸਕਾਊ ਆ ਹਨਾ ਬਾਪੂ ਥੋੜਾ ਅੱਗੇ ਨੂੰ ਕਰ ਲਾ ਬਾਲ ਦਰਸ਼ਨ ਸਿੰਘ ਉੱਪਰ ਬਾਪੂ ਲੈ ਬਾਪੂ ਪਿੱਛੇ ਨੂੰ ਕਰ ਲਾ ਹੁਣ ਮੂੰਹ ਤਾਂ ਚੱਕ ਤੜਾ ਚਾਹ ਪੀਣੀ ਪਹਿਲਾਂ ਥੋੜੀ ਥੋੜੀ ਆ ਹਾਂ ਬਿਲਕੁਲ ਥੋੜੀ ਜਿਹੀ ਆ ਬਾਪੂ ਲੈ ਦੋ ਕੁੱਟਾਂ ਚਾਰੀਆਂ ਪਾ ਲਾ ਫਿਰ ਮੈਂ ਕੁੜਤਾ ਪਜਾਮਾ ਪਾਊਂਗਾ ਤੇਰੇ
बापू गोपाल का कुर्ता पजामा कितने आ पिया देखो हम जो बापू गोपाल जी का कुर्ता पजामा वहां स्टिकर लग्या हुआ उपर हिंदी च भी पंजाबी च भी अंग्रेजी च भी लिखा हुआ है ना ता जो कोई भी मैंबर आके मान लो जो कोई मैंबर इतने साढ़े सेवा करवा आया वो हिंदी इंग्लिश पढ़ता तो वह पढ़ सके पता लग जाए क्योंकि इतने बहुत सारे मैंबर ने जोड़े साढ़े को सेवा करवा आते हैं अज भी कई मैंबर इदा के आए हुए ने जोड़े इतने रेंदे नहीं गए पर साढ़े ना आके सवेरे साज या स्नान करवाने मौके आ जाओ बापू मंगलदास बापू जी आ जाओ आ जाओ आ तौलिया दे बापू ने लिया के बापू तौलिया बापू साडा मंगलदास बापू मोगे तो बापू 50 साल मनोहर साइकिल ते लगे बापू मनोहर साइकिल वाला मशहूर आ मोगे दा एक भाई ते उहदी दुकान ते बापू ने 50 साल काम किया 50 साल हुण बापू नूं बस एक इस गल दा गम रहिंदा बापू याद करके कई बारी मजूस हो जांदा बापू दा भरा सी CBI दे विच आ दिल्ली उहदा घर आ बापू ने आपकी 50 साल की कमाई सी जिनी पैसा सी सारा अपने भरा नूं देता दिल्ली भी चल हुण मैं भी बजुर्ग हो गया भी आपां घर इत्थे पा लैने आ उह कहिंदा इत्थे पाउणा दिल्ली इह कहिंदा चल दिल्ली पा ला पर बड़ी दुख की गल आ उस तों बाद बापू जी नूं जिहड़ा घर नहीं नसीब होया किसी गल ते माड़ी मोटी तकरार हो गई दोनों भरावां दी बारे लाड़े कच्छा पुत पैरां चो बापू दे तो छोटी जी तकरार ने बापू नूं सड़क ते लिआंदा इन्नी ठंड च अज जिवें आ इन्नी ठंड आ आही करीब माघ दा महीना सी जदों बापू जी नूं असीं मोगे तो लैके आए रेलवे लाइना दे कोले बापू मंगलदास जी पए सी एक लकड़ दा तबूत बनाया हुंदा जिवें उत्थे ना पलाई वालिआं दी दुकान सीगी पलाई दी उह पलाई वाले वीरां ने उपराला कीता एक वी चल होर नहीं कर सकते रोटी दे जांदे सीगे उन्होंने लकड़ दा पलाई दा एक तीन चार पलाइया ला के थले साइडा ते उपर एक खुडा बनाता उहदे एक पासे पा लो बापू गर्मी ठंड आ बहुत चल जैकेट पा लैणगे कई वारी नहीं बापू नूं दा पिंडा मचदा उह आ बापू दा रख लै बॉडी वार्मर कुर्ता पजामा दे दे बापू नूं कई वारी ना उत्थे बापू नूं लवा लो वैसलीन लवा लै शरीर ते उधर नाल दी नाल मुंडे साढ़े टीम दे मैंबर लगे हुए ने जिन्हां नूं थोड़ी खुश्की दी प्रॉब्लम आ उन्हां दे वैसलीन लांदे ने जिन्हां नूं कोई स्किन दी प्रॉब्लम आ उन्हां दे नाल दी नाल स्किन वाली जिहड़ी ट्यूब आ उह लाई जा रही आ क्योंकि जिहड़ियां साइकैट्रिक्स मैडिसन ने उह बड़ियां गर्म आ कई ਬਜ਼ੁਰਗਾਂ ਦੀਆਂ ਚੱਲਦੀਆਂ ਜਿਹੜੇ ਬਹੁਤ ਜ਼ਿਆਦਾ ਦਿਮਾਗੀ ਠੀਕ ਨਹੀਂ ਸੀਗੇ ਉਹ ਦਵਾਈਆਂ ਖੁਸ਼ਕੀ ਬਹੁਤ ਕਰਦੀਆਂ ਤੇ ਉਹਦੇ ਨਾਲ ਪਿੰਡੇ ਤੇ ਵੀ ਕਈ ਵਾਰੀ ਖੁਸ਼ਕੀ ਹੋ ਜਾਂਦੀ ਆ ਜਿਹੜੇ ਨਵੇਂ ਮੈਂਬਰ ਆਉਂਦੇ ਨੇ ਉਹਨਾਂ ਨੂੰ ਕਈ ਵਾਰੀ ਕੋਈ ਸਕਿਨ ਦੀ ਪ੍ਰੋਬਲਮ ਹੁੰਦੀ ਆ ਤੇ ਉਹਨਾਂ ਨੂੰ ਵੀ ਅਸੀਂ ਮਹੀਨਾ ਡੇਢ ਮਹੀਨਾ ਨਾ ਪੁੱਤ ਪਿਆਰੇ ਅੱਜ ਤਾਂ ਪਿਆਰਾ ਸਾਡਾ ਮੇਰੇ ਨਾਲ ਜਾਣਾ ਪਿਆਰੇ ਨੇ ਹਨਾ ਅਸੀਂ ਜਾਣਾ ਗੱਡੀ ਤੇ ਪਿਆਰੇ ਨੇ ਤੇ ਮੈਂ ਤੇ ਬਾਪੂ ਨੇ ਜਾਣਾ ਗੱਡੀ ਤੇ ਹਨਾ ਪਿਆਰਾ ਵੀ ਜਾਊਗਾ ਮੇਰਾ ਪੁੱਤ ਕਿਵੇਂ ਪਿਆਰੇ ਬ੍ਰਸ਼ ਕੀਤਾ ਸੀ ਬ੍ਰਸ਼ ਕੀਤਾ ਨਹੀਂ ਅੱਜ ਚੱਲ ਹੁਣ ਬ੍ਰਸ਼ ਕਰਨਾ ਚੱਲ ਕਰਾਉਣਾ ਮੈਂ ਅੱਛਾ ਬਾਪੂ ਨੀ ਦੇਖੋ ਉਧਰ ਜਿਹਦੇ ਜਾਂਦੇ ਨੇ ਬਾਪੂ ਬਚਿੱਤਰ ਸਿੰਘ ਤੇ ਬਾਪੂ ਦਰਸ਼ਨ ਸਿੰਘ ਉੱਪਲ ਤੇ ਜਿੰਦਰ ਬਾਪੂ ਜਿੰਦਰ ਬਾਈ ਜਿਹੜਾ ਹੈਗਾ ਬੁਦਕੀ ਤੋਂ ਲੈ ਕੇ ਆਏ ਸੀ ਵੀਰੇ ਨੂੰ ਹੁਣ ਸਾਡੇ ਨਾਲ ਠੀਕ ਹੋ ਕੇ ਇਹਦੀ ਬਾਈ ਜੈਕਟ
बापू गोपाल दी ते आजा बापू उत चलिए उत चल के पा बोन आजा पैरे आजा आजा नाल केस ड्रिल करके नमा सुखा देंगे बाल ते नाले बापू बूट जराबा पावांगे आजा प्यारे हां हां बोन पुत नमाउने 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 बापू पाले बाबे स्नान कर लिया भाई हां भाई सरपंच आ गया पासे हो जो सरपंच आ गया पासे हो जो सरपंच आ गया पासे हो जो हां लो जी सरपंच जी जैकेट दे दो बापू बाबा निकू एदा ही बहुत ही ज्यादा मेंटली अपसेट है निकू पर सारा दिन यह आपदे आप ही गाने बना बना के गाउंदा रहिंदा गाने भी पुराने कुछ गाने विच जोड़ के कुछ आपदियां गल्लां बारे जिवें चाह पीणी आ ये वीरा बापू केसर दे पिंडों आ बापू केसर दे पिंडों निकू नूं जदों लैण गए सीगे इहदी मम्मी इहदी भैण इहदा इक भरा इक निकू वीरा खुद घर दे विच चार जाने मेंटली अपसेट सीगे निकू बहुत ज्यादा मेंटली अपसेट सीगा ते लै बापू हुण निग हो गया है ना हुण नहीं ठंड लगनी मेरे बापू नूं हां हां आ प्यारा दा प्यारा वा प्यारा साडा तू ना पंगे ले साडे ना हुण साडा प्यारा बापू ने सर सकारे पिछे प्यारे ड्रिल ला लैण दे बूट जराबा दे बापू दी कपाल बापू दे बूट ते जराबा पा जराबा इहदे देखो नवीआं जराबा अज सारिआं दे नाल दी नाल ही खोल खोल के नवे जोड़े जराबा दे कालपुरख वाहेगुरु भेजते ने साडे कोले हर चीज जिहड़ी साडी इत्थे जरूरत वाली हुंदी आ बापू सुक के वाल ड्रिल वाली सका ले ठीक है बापू कंगा लई इक तूं चक हुण जिवें बाबा पाला लिया तेल दे दे तेल भी ला दिंदे हां तेल ला दे मैं इधरला मैं बाह दिंदा तैनूं पता भाई किवें लाउणा इह हर रोज दी ड्यूटी है इन्हां वीरां दी जिवें घरे साडे छोटे हुंदिआं दे साडे माता जी हुणी केस बौंदे हुंदे सी सिर नूं चीरमी कढ के तेल लाउंदे हुंदे सी मिडियां करदे हुंदे सी ओह एक्सपीरियंस जदों असीं थोड़े जिहे वड्डे होए तां फिर असीं खुद आप सिख के ओह सिर नूं गुंदना मीटिंगां करनियां जिहनूं कहिंदे आ ते अज उह सारा एक्सपीरियंस आ जिहड़ा साडे इत्थे कम आ रिहा इत्थे हुण जदों किसे दा सिर गुंदी दा जस्सी आ साडा वीरा साडा सॉरी विक्की ते इधर साडा बलदेव भी ने दाल सेवा नहीं कराई अज बलदेव वीरे नूं असीं लै के आए सी रायपुर मुन्ने पिंड तों आनंदपुर साहब तों ते उत्थों इह वीरा साडे नाल आए ने मम्मी माता संध्या देवी भी साडे नाल आए सी उदों ते हुण बलदेव वीरा बिलकुल ठीक आ जिवें प्रशादा वरताउणा जां होर कई कम्मां दे विच साडे नाल ड्यूटी भी दिंदा वीरा अफणी वीरे कंगा ਤੂੰ ਕਰ ਦੇ ਜੂੜਾ ਕਿਵੇਂ ਕਰਨਾ ਵਾਹਿਗੁਰੂ ਜੀ ਪਾਲੇ ਬਾਪੂ ਜੀ ਦੇ ਬਾਪੂ ਸਰਦਾਰ ਨੂੰ ਕਰਿਓ
हुण तां जगह भी भर गई आहो आ जगह ते बापू जी दे कीड़े पे सिर च एडा वड्डा होल सीगा अज बाबा जी दी मेहर आ पाला बाबा भूआ जी ने पालिया सी इहदी ने हां बापू भूआ कोल रहिंदा जी तू किहड़े पिंड ईसड़ू हां ईसड़ू रहिंदा जी बापू अपनी भूआ जी दे कोले बाबू भूआ कित्थे चले गई मर गई ते भूआ दे मुंडे ते कुड़ियां सी घर कुड़ियां व्याहियां घर भूआ दा कुड़ियां बेच गईयां अच्छा ते फिर तेनू संग दिता लपड़ा बी ते देखो मुड़ के कुड़ियां ने ओह घर बेच के पैसे लै गईयां ते बापू ना घर दा ना घाट दा रहा फिर बापू एदां दी जदों गल हुंदी आ ना किसे नाल ते बंदा बई कम वाला हो जांदा टेंशन च आ जांदा असीं जिहड़ा ओह राजपुरे तों परिवार लै के आए आ उहनां दे वी घर दी सेम समस्या सी उहदा वीरे दा घर खोया गया जदों बॉबी दा तां ओह फिर मैंटली अपसैट हो गया जूड़ा घर दे पुत ते मैंटली अपसैट हो गया ओह लफड़ा रबड़ा ते ओवें बापू भी फिर जदों घर ही खोया गया है ना दई रबड़ा होर तां फिर बापू दिमागी अपसैट हो गया सड़कां ते घूमना सारा दिन है ना फिर गुरु घरां दे विच प्रशादा छकना इसे तरह दी जिंदगी हो गई बापू पाले बाबा जी दी ते फिर वाहिगुरु ने कृपा कीती सानू सेवा दा मौका मिलिया इत्थे साडे वीर होणी आ लाडी आ सहौली तों मुंडा ओह लै के आया सी साडे कोले बापू जी नूं ते फिर महाराज ने मेहर नाल ओह वीर जरिया बणिया उहनां ने सानू वीडियो बणा के भेजी ते इत्थे लै के आए बारनहाड़े हुंदे सी असीं उदों ते उदों दे बापू जी साडे कोले आ ते बापू जी दस्तारा उधर भी आ कर लेने जाए आ वाली ते फिर अज होर कल होर ठीक हुंदे गए बापू जी हुणी हुण पाला बाबा भी प्रशादे दी छकाउण दी टीम दे विच आ बापू जी हो गए तैयार वाहेगुरु जी का खालसा वाहेगुरु जी की फतेह अज पहली साडे नाल माघी मना रहे हां असीं अरदास करदे हां तुसीं असीं साडी आखरी सवास तक तुहाडी सेवा कर सकीए ते तुसीं साडे कोले रहि के सेवा करवा सको बस जिन्ने सवास लिखे ना उन्ने ने बापू नूं गुरुद्वारा साहिब छड्डिया हां अतू पाला जप्पी बस आपां बस बस हुण चाह पी के इशनान हो के सारे साडे परिवार दे मैंबर नाल दी नाल गुरु घर च बैठी जांदे आ अन्ना प्यारे अज पग बन्नी आ प्यारे ने वी प्यारे ने पग बन्नी मेरे प्यारे ने पग बन्नी आ हैं ओ प्यारे पग बन्नी अज हैं पग बन्नी अज बलदेव ओ पजामा ठीक कर थल्लो खिच्ची बापू पाले खिच्ची जोर ला के थोड़ा जा खिच के खिच के हां बस 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 खिच्ची हो गई तेरे नहीं बननी इत्थे आ जा बापू कंगी चक ला ਪਾਲੇ ਬਾਬੇ ਆਪ ਨਹੀਂ ਪੱਗ ਬੰਨਦਾ ਤੂੰ ਨਹੀਂ ਆਪ ਪਹਿਲਾਂ ਤਾਂ ਤੂੰ ਜਦੋਂ ਆਇਆ ਸੀ ਸਾਡੇ ਕੋਲ ਤਾਂ ਦੁਪੱਟਾ ਬੰਨਦਾ ਸੀਗਾ ਦੁਪੱਟਾ ਤਾਂ ਬੰਨ ਲਈ ਯਾਨੀ ਕਿ ਵੱਡੀ ਪੱਗ ਨਹੀਂ ਬੰਨੀ ਜਾਂਦੀ ਹੈ ਨਾ ਆ ਨਹੀਂ ਪੱਗ ਇਹਦੋਂ ਤਾਂ ਨੂੰ ਚੱਕੀ ਬਾਪੂ ਇਹ ਬਣਾਉਣੇ ਹੁੰਦੇ ਨਾ ਅੱਛਾ ਤੇ ਬਾਪੂ ਜਿਵੇਂ ਛੋਟਾ ਜਿਹਾ ਦੁਪੱਟਾ ਦੇ ਦਈਏ ਤੁਹਾਨੂੰ ਫਿਰ ਬੰਨ ਲਿਆ ਕਰੋਗੇ ਹਾਂ ਇਹ ਤਾਂ ਬੰਨ ਲਈ ਪਹਿਲਾਂ ਜਦੋਂ ਤੁਸੀਂ ਬਾਪੂ ਜਵਾਨੀ ਸੀਗੇ ਉਦੋਂ ਪੱਗ ਬੰਨਦੇ ਨਹੀਂ ਸੀ सज्जू
मैं बापू खब्बू सीगा छोटा हुंदा ही, मैं खब्बे हाथ नहीं लिखदा हुण भी। जे मैं हुण भी बापू भूरी दी बुक्कल मारदा तो वह भी खब्बी वजदी है मेरे तो। जे मैं पग भी बनता सी छोटा हुंदा तो मैं खब्बी बनता हुंदा सी। तो फिर थोड़ा बड़ा होया तो पता लग्या भी खब्बी पग थोड़ी ठीक नहीं लगती, तो फिर बापू सज्जी बनन लग गया। तो हुण भी मैनू जिवें छोटा दुपट्टा बनना जां किवें आ तो मैं खब्बा ही बन लैना, हजे भी वह आन पई हुई है उवें। बापू मैं अठवीं सत्तवीं क्लास च पढ़ता जी, अठवीं च जो मैं अठवीं सी, हाँ जो मैं बाल कटाते सी बापू उदो ना, मैं 93 च बापू अठवीं की आ। 92 का दौर इदां दा सीगा, बहुत लोगों ने उदो बापू बाल कटाते सी। एक तो पंजाब दे विच उदो काला टाइम सी, नेरी झुलदी सी, बहुत नौजवानों नूं चक के खुरद बुरद किया उस टाइम। साढ़े अपने परिवार दे विच भी उह सेक आया, अज भी मामा जी उन्हां दीआं तस्वीरां तेजा सिंह समुंदरी हाल दे विच लगियां होईआं वा। वाहिगुरू उदों असीं तां छोटे सी, वैसे मतलब अठवीं च पढ़दा सी मैं, सीगा 15 साल दा पढ़न लाया सीगा। ते प्राइमरी स्कूल उत्थे पढ़े सी पिंड ही, मिडल स्कूल सीगा अठवीं तिकर दा। उस भेड़ चाल दे विच केस कटाते, हालांकि छोटे सीगे, अज उस गलती दी माफी मंगी दी आ। पर एक टाइम सीगा बापू साडे ना उत्थे अपने मैथी आणा साहब आ ना गुरद्वारा, उत्थे संत भिंडरां ने सानूं अमृत छकाया सी। मैं निक्के जे हुंदे ने उत्थे चूड़ा छकिया सीगा, उत्थे मौके ते मैं डिसीजन लिया मैं भी छकना। मेरे साडे घरदिआं ने सारिआं ने, मामी हुणां ने सारिआं ने छकिया सीगा। मामा जी हुणां ने ट्राली भर के पिंडों कई ट्रालियां गईआं सी उदों, हाँ भी। ते मैं भी उत्थे अमृत छक लिया। छोटे हुंदे ने सवेरे उठना, नितनेम करना, इशनान करना, सारा दिन गुरबाणी नाल जुड़े रहिंदे सी उदों। बड़ा वाहिगुरू जी दी किरपा सी। पर फिर मैं उदों शायद 5वीं 6वीं च ही पढ़दा सी जदों मैं अमृत छकिआ सीगा, उस तो भी छोटा सी शायद मैं, पता नहीं हुण अंदाजा नहीं। हाँ पुत, ते मेरा 76 दा बर्थ आ। पर वाहिगुरू दी पता नहीं की मर्जी सी, उदों छोटे हुंदिआं नूं समझ नहीं सी इन्नी। हुण वाहिगुरू मेहर करन दुबारा फिर गुरु दे बन सकीए, गुरु दे लड़ लग सकीए कितें, है ना पुत। ਕਿਵੇਂ ਪਿਆਰਿਆ ਆਪਣੇ ਨਹਾਈਏ ਹੁਣ, ਚੱਲ ਫਿਰ ਗੁਰਦਿੱਤਾ ਸਾਡਾ ਇਸ਼ਨਾਨ ਕਰਨ ਨੂੰ ਤਿਆਰ ਆ ਭਾਈ, ਹੈ ਨਾ। ਛੱਡਿਆ ਮੈਂ ਉਹਨੂੰ, ਛੱਡ ਕੇ ਆਇਆ। ਹਾਂ ਬਾਪੂ ਕਰ ਲਿਆ ਇਸ਼ਨਾਨ ਫਿਰ। ਸ਼ੁਕਲੇ ਭਾਈ ਕੀ ਹਾਲ ਨੇ? ਠੀਕ ਆ, ਨਹਾ ਲਿਆ। ਲੈ ਵੀ ਲੈ ਚੱਲਿਆ ਪਿਆਰਾ, ਲੈ ਚੱਲਿਆ, ਲੈ ਚੱਲਿਆ। ਚਾਹ ਹੈ ਨੀ ਇੱਥੇ? ਚਾਹ ਲੈਣ ਗਏ? ਚਾਹ ਨਾ ਮੁੱਕਣ ਦਿਓ ਕਾਕਾ, ਨਾਲ ਦੀ ਨਾਲ ਚੱਕੀ ਆਓ। ਅੱਜ ਤੋਂ ਗੁਰਦਿੱਤੇ ਨੂੰ ਆਮ ਲੈ ਜਾਣਾ, ਚੱਕ ਪਾਲ ਜੱਫਾ ਮਾਰ ਕੇ ਇਹਨੂੰ ਇੱਥੇ ਬਿਠਾ ਲਈ, ਹੈ ਨਾ ਗੁਰਦਿੱਤੇ ਨੂੰ। ਹਾਂ ਇੱਧਰੋਂ ਨਾ ਘੁਮਾਈ ਕੱਕਾ, ਐਂ ਨਹੀਂ ਲਿਆ ਪਿਆਰਾ, ਫਿਰ ਉੱਧਰ ਦੀ ਲਿਆ ਗੱਡੀ। ਚੱਲ ਬਈ ਗੱਡੀ ਨਿਕਲੀ, ਚੱਲ ਬਈ ਪਿਆਰਾ ਲੈ ਕੇ ਚੱਲਿਆ ਗੱਡੀ ਸਾਡਾ, ਐਂ ਨਹੀਂ ਲਿਆ ਪਿਆਰਿਆ। ਬਾਪੂ ਦੇ ਪੈਰ 'ਤੇ ਨਾ ਚੜ੍ਹਦੀ ਕਾਕੇ। ਬਾਬੇ ਸਤਿ ਸ਼੍ਰੀ ਅਕਾਲ, ਕਿਵੇਂ ਆ? ਮੈਂ ਤੈਨੂੰ ਅੱਗੇ ਵੀ ਕਿਹਾ ਸੀ ਤੁਸੀਂ ਤਾਂ ਨੂੰ ਨਾ ਕਰਿਆ ਕਰੋ, ਮੂੰਹ ਐ ਰੱਖਿਆ ਕਰੋ ਇੱਥੇ, ਤਾਂ ਨੂੰ ਮੂੰਹ ਕਰਕੇ ਨਹੀਂ ਰੱਖਣਾ ਆਪਾਂ, ਕਿਉਂਕਿ ਜੇ ਮਾੜੀ ਮੋਟੀ ਨਿਗਾਹ ਵਾਹਿਗੁਰੂ ਦੀ ਕਿਰਪਾ ਨਾਲ ਆਊਗੀ ਨਾ, ਤਾਂ ਫਿਰ ਥੱਲੇ ਦਿਖਣਾ ਚਾਹੀਦਾ ਜ਼ਮੀਨ। ਆਪਾਂ ਰੱਬ ਵੱਲੀ ਨੂੰ ਮੂੰਹ ਨਹੀਂ ਕਰਨਾ, ਇੱਧਰ ਨੂੰ ਥੱਲੇ ਨੂੰ ਮੂੰਹ ਕਰਕੇ ਰੱਖਣਾ। ਤੁਹਾਡੀ ਆਦਤ ਬਣ ਚੱਲੀ ਐਂ ਕਰਨ ਦੀ, ਤਾਂ ਨੂੰ ਚੇਤੇ ਰੱਖਿਆ ਕਰੋ ਥੋੜਾ ਜਿਹਾ, ਫਿਰ ਧੌਣ ਇੱਦਾਂ ਹੀ ਹੋ ਜਾਣੀ ਆ, ਤਾਂ ਨੂੰ ਪੱਕੀ ਹੋਈ, ਫਿਰ ਆਦੀ ਹੋ ਜਾਓਗੇ, ਠੀਕ ਆ? ਹਾਂ
बाबा जी करनगे मेहर तां पहले जिहड़े व्हीलचेयरां ते बैठे पहले इन्हां नूं स्नान कराओ यार किन्ने टाइम दा बैठा भाई उह इन्नी सारे कह तो लिआंदा लिआंदा कह तो उदों लिआउणे चाहीदे सी बंदे हुणे ही कर दे बापू हुणे ही कर दे पहले बापू उहनां दा स्नान कराओ छड्डो बाकी काम सारे इन्हां दा स्नान करा के पहले व्हीलचेयरां वाले बंदिआं ने स्नान कराओ जमातू नहाना वा फिर जमातू क्या नाम है तुम्हारा नाम क्या है नाम बोल के मुंह खोल के मुंह खोल के मुंह खोलो हाँ जनथा और गांव का नाम क्या है बरखा छप्पा भाई जे हजारीबाग जिला दसदा बापू ते बिहार दा ते बरखा छप्पा अपना पिंड दसदा ते जे कोई पहचानदा कोई इस पिंड दा ना जानदा इंग्लैंड दे बापू नूं सरदार जोगिंदर सिंह जी माघी दी तुहानू बहुत बहुत मुबारक नहीं लाउंदा नहीं लाउंदा पैरियां माघी दी बहुत बहुत मुबारक चलो आशीर्वाद तो दे बापू कहना मैं भार नहीं चढ़ाउणा मेरे पैरियां हथ नाल आया कर मैं जदों भी बापू दे पैरियां थलाउणा बापू इसे गल करके गुस्से हो जांदा मेरे नाल जद ऐनक दा शीशा लभिया नहीं गया सी लभण मुंडा भुल ही जाने अरे कक्का बाहर चलिए हूँ बह जा हाँ चल दें चल दे आ जा बाहर आ जा कब्बा च कुंडा ला रही पहला व्हीलचेयर वाले बंदे ना स्नान कराओ आ जाओ बापू बचित्र बापू जी की हाल ने आ पजामा ठीक कर ओ पजामा ठीक कर दा बापू आ सही नहीं बनया हाँ शीशे ना बन लो फिर बन लो ठीक कर लो चंगी तरह तौलिया उत्ते रख दो तौलिया नहीं लेके जाना हुण जिवें इधरों स्नान कर करके सारे आया प्यारे चिखी सारे नूं कुड़ा जगदीप कुरे ओ सतनाम दी भी आवाज सुन गई बई शुकर आ सतनाम जी वाहिगुरु जी का खालसा वाहिगुरु जी की फतेह माघी दियां तुहानूं बहुत बहुत मुबारकां नाले इधर गुरु घर दे विच सारे स्नान करके बैठी आ रहे ने बंदे असी भी दर्शन कर लिए नमस्ते रतनदीप दे नाल बह जा करो तू ही सब दा राखा गलतियां फलतियां माफ करे बाबा जी बच्चे अनजान बच्चे सारे गलती हो गई माफी दे दे सेवा बख्श मैं कहना चाहता मन ना कर सकी ਅਨਮੋਲ ਨੂੰ ਨਾਲ ਬਿਠਾਇਆ ਕਰੋ ਢੋਲਕੀ ਵਜਾਉਣ ਨੂੰ ਬੁਲਾ ਲਿਆ ਚੱਕ ਲਿਆ ਚੱਕ ਕੇ ਲਿਆਓ ਇੱਦਾਂ ਦਾ ਛੁੰਚਣੇ ਜੀ ਬੱਬੂ ਬਾਬਾ ਜੀ ਆ ਜਾਓ ਉੱਥੇ ਕੀਰਤਨ ਉੱਥੇ ਆਓ ਨਾਲ ਛੇੜੇ ਵਜਾ ਲਓ टोपिया ला के रुमाल बन दे टोपिया ला के वर्मा जी रुमाल बनो सारे इतने एक बंदे ड्यूटी लगो यार इतने खड़ो टोपी लैके नहीं अंदर जाना किसी ने रुमाल बनने सिर ते चाहे उपर दी बन दो रुमाल बनो सिर ते सारे ने ਅੱਗੇ ਬਿੰਦਰ ਦੀ ਡਿਊਟੀ ਹੁੰਦੀ ਅੱਜ ਬਿੰਦਰ ਕੀ ਕਰ ਰਿਹਾ ਉਧਰ ਆ ਲਈ ਸੀ ਅੱਜ ਨਾਲ ਉਹਦੇ ਲੱਗਿਆ ਨਹੀਂ ਸੋਣਾ ਕੇ ਲਾਏ ਬੰਦੇ ਵੀ ਰਤਨਦੀਪ ਦੀ ਸਾਡਾ ਕੀਰਤਨ ਆ ਜਿਹੜਾ
बहुत वधिया कीर्तन करदा तैनू जन्मदिन दी मुबारक भाई बहुत बहुत तू दस्या नहीं गा ਘਰਦਿਆਂ ਨੇ ਮਨਾਉਣਾ ਹੁੰਦਾ ਠੀਕ ਆ ਭਾਈ ਵਿਹਲਾ ਤਾਂ ਹੋਇਆ ਹੀ ਹੋਊ ਪੁੱਤ ਮੈਂ ਹੋਰ ਕਿਵੇਂ ਆ ਹੁਣ ਵੀ ਵੀਡੀਓ ਬਣ ਰਹੀ ਹੈ ਲਾਈਵ ਚੱਲ ਰਿਹਾ ਇਸ ਟਾਈਮ ਵੀ ਤੈਨੂੰ ਮੁਬਾਰਕਾਂ ਭਾਈ ਇੱਕ ਦਿਨ ਬਾਅਦ ਦੀਆਂ ਸਿਰ ਤੇ ਰੁਮਾਲ ਬੰਨ ਕੇ ਅੰਦਰ ਚੱਲ ਗੁਰਦੁਆਰਾ ਇੱਧਰ ਸਾਡੇ ਗੁਰੂ ਘਰ ਦੇ ਵਿੱਚ ਭਾਈ ਰਤਨਦੀਪ ਸਿੰਘ ਜੀ ਕੀਰਤਨ ਕਰਦੇ ਨੇ ਬਹੁਤ ਜ਼ਿਆਦਾ ਠੀਕ ਆ ਬਿਲਕੁਲ ਹੁਣ ਪਹਿਲਾਂ ਹਾਲਾਤ ਬਹੁਤ ਮਾੜੇ ਸੀ ਪਰ ਕੀਰਤਨ ਇਸ਼ਨਾਨ ਤਾਂ ਨਹੀਂ ਕਰਦਾ ਕੋਈ ਆ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਔਰ ਮੇਰੀ ਭੈਣ ਨੂੰ ਮਾਘੀ ਦੀਆਂ ਮੁਬਾਰਕਾਂ ਬਹੁਤ ਬਹੁਤ ਹਾਂ ਰਿਹਾਨਾ ਸਲਾਮ ਵਾਲੇਕੁਮ ਹੱਥ ਕੰਬ ਰਿਹਾ ਵਾ ਇਹਨੂੰ ਵਿੱਚ ਦਲ ਕੋਲਾ ਇੱਧਰ ਮਾਤਾ ਹੁਣੇ ਸਾਰੇ ਇਸ਼ਨਾਨ ਹੋ ਰਹੇ ਨੇ ਹਨਾ ਇੱਧਰ ਕਿਉਂਕਿ ਜਿਹੜੇ ਜ਼ਿਆਦਾ ਢਿੱਲੇ ਨੇ ਜਿਵੇਂ ਮਾਤਾ ਤੇਜ ਕੌਰ ਜੀ ਨੇ ਇਸ਼ਨਾਨ ਕਰਕੇ ਵੀ ਉਸ ਤੋਂ ਬਾਅਦ ਫਟਾਫਟ ਰਜਾਈਆਂ ਬਾਕੀ ਦੀਆਂ ਮੁਬਾਰਕਾਂ ਮਾਂ ਤੁਹਾਨੂੰ ਬਹੁਤ ਬਹੁਤ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੀ ਮਾਂ ਨੂੰ ਧੰਨਵਾਦ ਮਾਂ ਧੰਨਵਾਦ ਤੈਨੂੰ ਵੀ ਭਾਈ ਤੈਨੂੰ ਵੀ ਹਾਂ ਹਾਂ ਕੇਸੀ ਇਸ਼ਨਾਨ ਕਰਾਉਣਾ ਸਾਰਾ ਪਰਸੋਂ ਤੁਸੀਂ ਹਾਂ ਤੋ ਕੇਸੀ ਇਸ਼ਨਾਨ ਕਰਾ ਦਿਓ ਸਾਰੇ ਮੈਂ ਭੇਜਦਾ ਡਰਾਇਰ ਹੈਗੀ ਆ ਬਾਲ ਸੁਕਾਉਣ ਵਾਲੀ ਉਹ ਦੂਜੀ ਭੇਜਦਾ ਮੈਂ ਭੋਲੀ ਭੈਣੇ ਮੁਬਾਰਕਾਂ ਤੈਨੂੰ ਸਰਪੰਚ ਆ ਗਿਆ ਸਾਡਾ ਬਾਪੂ ਗੋਪਾਲ ਇਸ਼ਨਾਨ ਕਰਕੇ ਚਾਹ ਪੀ ਕੇ ਕਾਇਮ ਹੋ ਕੇ ਆ ਗਿਆ ਬਾਪੂ ਪੂਰਾ ਹੈ ਬਾਪੂ ਹਾਂ ਤੂੰ ਵੀ ਆ ਗਿਆ ਆ ਜਾ ਹਾਂ ਇੱਥੇ ਰੱਖ ਦੇ ਬਾਪੂ ਆ ਜਾ ਬਾਪੂ ਆ ਜਾ ਬਾਪੂ ਮੁਬਾਰਕਾਂ ਮਾਂ ਗੁਰਮੀਤ ਕੁਰੇ ਬੇਬੇ ਤੈਨੂੰ ਬਹੁਤ ਬਹੁਤ ਮੁਬਾਰਕਾਂ ਠੀਕ ਹੈਗੀਆਂ ਮੈਨੂੰ ਇੱਥੋਂ ਇੱਥੋਂ ਨਾ ਰਸਤੇ 'ਚ ਚੜਾ ਦਿਓ ਮੈਂ ਮਾਂ ਕੱਲੀ ਨੂੰ ਭੇਜਾਂਗੇ ਲੱਕੀ ਆਊਗਾ ਲੈਣ ਨਹੀਂ ਉਹਨੇ ਨਹੀਂ ਆਉਣਾ ਆਊਗਾ ਉਹਨੇ ਨਹੀਂ ਆਉਣਾ ਆਊਗਾ ਇੱਥੇ ਚੜਾ ਦਿਓ ਮੈਂ ਆਪੇ ਚਲੀ ਜਾਊਂਗੀ ਮੈਨੂੰ ਪੈਸੇ ਦੇ ਦਿਓ ਅੱਛਾ ਆਪਦੇ ਪੁੱਤਾਂ ਨੂੰ ਹੁਣ ਛੱਡ ਕੇ ਇੱਕਦਮ ਚਲੇ ਜਾਵਾਂਗੇ ਹਨਾ ਅੱਜ ਮਾਘੀ ਆ ਅੱਜ ਆਪਾਂ ਦੀ ਉਹਨਾਂ ਨੂੰ ਮੈਂ ਗੱਲ ਕਰਦਾ ਫੋਨ ਤੇ ਤੁਹਾਡੀ ਬੇਟੀ ਨਾਲ ਵੀ ਗੱਲ ਕਰਦਾ ਨਹੀਂ ਟਾਈਮ ਲੱਗ ਸਕਦਾ ਮੇਰੇ ਨਾਲ ਦਿਮਾਗ 'ਚ ਤਾਂ ਗਿਆ ਨਹੀਂ ਕਹਿੰਦੇ ਵੀ ਕੰਮ ਕਰਨਾ ਕੋਈ ਚਾਹੁੰਦੇ ਹੋ ਮੈਂ ਕੰਮ ਕਰਨਾ ਚਾਹੁੰਦੀ ਮੈਂ ਸਰੀਰ ਖੜ ਜੂ ਤੁਹਾਡਾ ਹੈ ਇਹੀ ਗੱਲ ਦੀ ਟੈਨਸ਼ਨ ਲਈ ਜਾਂਦੇ ਬੇਬੇ ਹੈ ਨਹੀਂ ਬੇਬੇ ਕੋਈ ਸਰੀਰ ਨਹੀਂ ਖੜਦਾ ਮੈਂ ਅੱਜ ਤੁਹਾਡੀ ਬੇਟੀ ਨੂੰ ਕਹੂੰਗਾ ਆ ਕੇ ਉਹ ਤੁਹਾਨੂੰ ਲੈ ਕੇ ਜਾਣਗੇ ਕੰਮ ਲੱਗ ਜੂਗੀ ਨਾ ਫਿਰ ਆਪ ਕੀ ਕੰਮ ਕਰਦੇ ਹੋ ਤੁਸੀਂ ਉੱਥੇ ਮੈਂ ਆਪੇ ਕਰ ਲਾਂਗੀ ਕੀ ਕੰਮ ਕਰਦੇ ਹੋ ਫੈਕਟਰੀ ਜਾਂਦੇ ਲੱਗੀ ਹੋਈ ਹੈ ਨਾ ਕੰਮ ਹਾਂ ਕੀ ਕੰਮ ਕਰਦੇ ਹੋ ਨਹੀਂ ਬੇਟੇ ਮੈਂ ਤੇਰੇ ਅੱਗੇ ਹੱਥ ਜੋੜ ਹਾਂ ਮੈਂ ਚਲੀ ਕੀ ਕੰਮ ਕਰਦੇ ਹਾਂ ਮੈਂ ਭੇਜ ਦਿੰਦਾ ਮੈਂ ਕੀ ਕਰਦੇ ਹੋ ਕੰਮ ਕੀ ਕੰਮ ਕਰਦੇ ਮੈਂ ਇੱਥੇ ਨਹੀਂ ਰਹਿ ਸਕਦੀ ਕੋਈ ਨਾ ਮੇਰੀ ਮਾਂ ਮੈਂ ਕੀ ਕੰਮ ਕਰਨਾ ਕੀ ਕੰਮ ਕਰਦੇ ਸੀ ਪਹਿਲਾਂ ਆਪਣੇ ਟੈਂਕੀਆਂ ਦਾ ਪੈਕਿੰਗ ਕਰਦੀ ਸੀ ਮੈਂ ਅਜੇ ਟੱਲੀਆਂ ਸਾਈਕਲ ਵਾਲੀਆਂ ਹੈ ਡੱਬੀਆਂ ਨਹੀਂ ਪਾਉਂਦੇ ਹੁੰਦੇ ਸੀ ਡੱਬਿਆਂ ਚ ਪਾਉਂਦੀ ਹੁੰਦੀ ਸੀ ਠੀਕ ਆ ਮਾਂ ਕੋਈ ਨਾ ਭੇਜ ਦਿੰਨੇ ਆਪਾਂ ਕੰਮ ਤੇ ਲੱਗ ਨਹੀਂ ਜਾ ਕੇ ਮੈਂ ਆਪੇ ਉੱਥੇ ਚਾਬੀ ਦੇ ਲਾਂਗੀ ਉਹਨਾਂ ਕੋਲ ਠੀਕ ਆ ਮਾਂ ਮੈਂ ਆਪਣੇ ਆਪ ਹੀ ਆਈ ਹਾਂ ਤੇ ਆਪਣੇ ਆਪ ਹੀ ਜਾਵਾਂਗੀ ਨਹੀਂ ਨਹੀਂ ਮੇਰੀ ਬੇਬੇ ਆ ਤੂੰ ਅਸੀਂ ਅੱਜ ਬੁਲਾ ਕੇ ਲੱਕੀ ਨੂੰ ਬੇਨਤੀ ਆ ਭਾਈ ਜੇ ਲਾਈਵ ਵੀਡੀਓ ਸਾਡੀ ਤੂੰ ਦੇਖ ਰਿਹਾ ਮਾਂ ਭਰਾਵਾ ਤਾਂ ਆ ਕੇ ਜਾ ਭਾਈ ਬੇਬੇ ਮਿਲਣਾ ਚਾਹੁੰਦੀ ਹੈ ਲੈ ਕੇ ਜਾ ਚਾਹੇ ਆ ਕੇ ਤੇ ਭੈਣ ਨੂੰ ਵੀ ਬੇਨਤੀ ਹੈ ਫਿਰੋਜ਼ਪੁਰ ਅਸੀਂ ਅੱਜ ਫੋਨ ਵੀ ਕਰਾਂਗੇ ਉਹਨਾਂ ਨੂੰ ਤੇ ਹੁਣ ਮਾਤਾ ਦੀ ਟੈਨਸ਼ਨ ਇਹੀ ਆ ਬਸ ਸਮੱਸਿਆ ਆ ਹੁਣ ਮਾਤਾ ਕੱਲ ਵੀ ਕਹੀਏ ਮੇਰਾ ਸਰੀਰ ਖੜ ਜਾਣਾ ਮੇਰਾ ਸਰੀਰ ਖੜ ਜਾਣਾ ਮੇਰੇ ਤੋਂ ਮੁੜ ਕੇ ਕੰਮ ਨਹੀਂ ਹੋਣਾ ਮੈਂ ਫੈਕਟਰੀ 'ਚ ਕੰਮ ਕਰਦੀ ਸੀ ਮੈਂ ਮੰਜੇ 'ਤੇ ਨਹੀਂ ਬਹਿਣਾ ਚਾਹੁੰਦੀ ਕਿਉਂਕਿ ਜਿਸ ਦਿਨ ਮਾਤਾ ਜੀ ਮਿਲੇ ਸੀ ਦਿਮਾਗ 'ਚ ਚੱਕਰ ਜੀ ਆ ਗਿਆ ਕੋਈ ਨਾ ਮਾਂ ਕੋਈ ਨਾ ਪਤਾ ਨਹੀਂ ਕੀ ਘੁੰਮੀ ਜਾਂਦਾ ਹੈ ਹਟ ਜਾਣਾ ਮਾਂ ਬਸ ਦਵਾਈ ਖਾਈ ਚੱਲੋ ਹਟ ਜਾਣਾ ਮਾਂ ਠੀਕ ਦਵਾਈ ਖਾਣ ਨਾਲ ਵੀ ਮੈਨੂੰ ਨਹੀਂ ਫਰਕ ਪੈਂਦਾ ਪਿਆ ਫਰਕ ਪੈ ਗਿਆ ਮਾਂ ਦੇ ਕਿੰਨਾ ਠੀਕ ਆ ਉਸ ਦਿਨ ਤੇ ਅੱਜ ਤੇ ਕਿੰਨਾ ਫਰਕ ਪੈ ਗਿਆ ਠੀਕ ਆ ਬੈਠੋ ਮੈਂ ਭੇਜਦਾ ਅੱਜ ਕਰਦਾ ਗੱਲ ਲੱਕੀ ਨਾਲ ਠੀਕ ਆ ਮਾਂ ਅੱਜ ਜਦੋਂ ਕੋਈ ਇੱਦਾਂ ਦੀਆਂ ਮਾਵਾਂ ਦੀਆਂ ਇਸ ਤਰ੍ਹਾਂ ਦੇ ਤਰਲੇ ਸੁਣੀਦੇ ਆ ਦੁੱਖ ਬੜਾ ਲੱਗਦਾ ਮਾਤਾ ਤੇਜ ਕੌਰ ਆ ਜਿਵੇਂ ਹਨਾ ਹਮੇਸ਼ਾ ਆਪਣੇ ਬੇਟੇ ਦੀ ਗੱਲ ਕਰਦੇ ਆ ਇੱਧਰ ਹੁਣ ਪਾਰਕਾਂ ਦੇ ਵਿੱਚ ਹਜੇ ਸਾਰਾ ਸੁੰਨ ਸਰਾਂ ਜਿੱਦਾਂ ਹੀ ਧੁੱਪ ਨਿਕਲਣੀ ਆ ਸਾਰਿਆਂ ਨੇ ਆ ਕੇ ਇੱਥੇ ਬੈਠ ਜਾਣਾ ਗੁਰੂ ਘਰ ਤੋਂ ਹੁਣ ਫ੍ਰੀ ਹੋ ਕੇ ਪ੍ਰਸ਼ਾਦ ਜਦੋਂ ਵਰਤਾਇਆ ਗਿਆ ਇੱਧਰ ਦਾਲਾਂ ਸਬਜ਼ੀਆਂ ਬਣ ਰਹੀਆਂ ਚਾਹ ਬਣ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰਾ ਸਾਡੇ ਸੇਵਾ ਕਰਾਉਂਦਾ ਹੁਣ ਬਾਈ ਕਿਸੇ ਟਾਈਮ ਇਹ ਵੀ ਉਹ ਮੰਜਿਆਂ 'ਤੇ ਸੀ ਅੱਜ ਕਹਿੰਦੇ ਕੀ ਕਹਿੰਦੇ ਹੁੰਦੇ ਸਾਗ ਆਪਾਂ ਕਹਿੰਦੇ ਹੁੰਦੇ ਨਾ ਵੀ ਕਿਵੇਂ
ਪੋਰ ਇਦਾਂ ਮਾਗ ਖਾਦਾ ਪੋਰ ਦੇ ਵਿੱਚ ਰਿਜਿਆ ਸੀ ਤੇ ਮਾਗ ਦੇ ਵਿੱਚ ਖਾਦਾ ਅੱਜ ਸਾਗ ਬਣ ਰਿਹਾ ਜੀ ਕੱਲ ਸਾਗ ਤਿਆਰ ਕਰ ਲਿਆ ਜੀ ਤੜਕਾ ਲੱਗ ਰਿਹਾ ਜਾਨੀ ਕਿ ਪਰਸੋਂ ਸਾਗ ਲਿਆਂਦਾ ਸੀ ਸਾਡੇ ਪਿੱਛੇ ਖੇਤਾਂ ਦੇ ਵਿੱਚ ਬਿਨਾਂ ਰੇਹ ਤੋਂ ਬਿਨਾਂ ਸਪਰੇਅ ਤੋਂ ਅਸੀਂ ਜਿਹੜਾ ਸਾਗ ਵਗੈਰਾ ਉਹ ਸਾਰੀਆਂ ਸਬਜ਼ੀਆਂ ਵਗੈਰਾ ਤਿਆਰ ਕਰਦੇ ਹਾਂ ਹੁਣ ਪ੍ਰਸ਼ਾਦਾ ਬਣਾਉਣ ਲਈ ਦੇਖੋ ਨਵਨੀਤ ਭੈਣ ਬੈਠੇ ਨੇ ਸਾਡੇ ਮੋਹਾਲੀ ਤੋਂ ਭੈਣ ਸਾਡੀ ਜਗਦੀਪ ਕੌਰ ਬੈਠੇ ਨੇ ਪ੍ਰਸ਼ਾਦਾ ਲਾਉਣ ਲੱਗੇ ਨੇ ਕੁਸਮ ਭੈਣ ਖੜੇ ਨੇ ਗੋਲਡਨ ਦੇ ਸਾਕਸ਼ੀ ਉਹਨਾਂ ਦੇ ਮੰਮੀ ਅਤੇ ਰਾਮ ਆਪਣਾ ਰਾਮ ਭੁਜ ਅਤੇ ਗੁਲਸ਼ਨ ਆਟਾ ਗੁੰਨਦੇ ਨੇ ਨਾਲ ਦੀ ਨਾਲ ਨਾ ਆਟਾ ਮਸ਼ੀਨ 'ਚ ਗੁੰਨ ਲਈਦਾ ਅਤੇ ਪ੍ਰਸ਼ਾਦਾ ਤਵੀ 'ਤੇ ਤਿਆਰ ਕਰੀਦਾ ਅਤੇ ਵਾਹਿਗੁਰੂ ਆ ਸਾਡਾ ਸੁਰਿੰਦਰ ਆ ਇਹ ਸਾਡਾ ਸਾਰਾ ਸਟੋਰ ਦਾ ਕੰਮ ਦੇਖਦਾ ਜਿੰਨੀਆਂ ਰਾਸ਼ਨ ਦੀ ਲੋੜ ਆ ਕਿਹੜੀ ਦਾਲ ਚਾਹੀਦੀ ਹੈ ਕਿਹੜੀ ਨਹੀਂ ਚਾਹੀਦੀ ਇੱਧਰ ਭਾਂਡਿਆਂ ਦੀ ਸੇਵਾ ਜਿਵੇਂ ਟੋਨੀ ਵੀਰੇ ਹੋਣੀ ਆ ਜਿਵੇਂ ਬਲਦੇਵ ਵੀਰਾ ਟੋਨੀ ਆ ਇਹ ਸਾਡੀ ਟੀਮ ਆ ਇੱਕ ਪੂਰੀ ਸੋਨੀ ਆ ਖੰਨੇ ਵਾਲਾ ਕਾਲੂ ਆ ਆਪਣੇ ਸਰਸਾ ਨੰਗਲ ਤੋਂ ਆਪਣਾ ਦੂਜਾ ਵਰਮਾ ਵਾ ਇਹ ਸਾਰੇ ਜਣੇ ਕੱਪੜਿਆਂ ਦੀ ਸੇਵਾ ਕਰਦੇ ਸੋਰੀ ਭਾਂਡਿਆਂ ਦੀ ਸੇਵਾ ਕਰਦੇ ਨੇ ਰਾਮ ਪਵਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਪੂ ਜੀ ਠੀਕ ਹੋ ਸਭ ਠੀਕ ਹੈ ਇਸ਼ਨਾਨ ਨਹੀਂ ਕੀਤਾ ਅਭੀ ਤੱਕ ਭੀੜ ਹੈ ਨਾ ਅਭੀ ਅਭੀ ਭੀੜ ਹੈ ਹਾਂ ਥੋੜਾ ਭੀੜ ਕੰਮ ਹੋ ਜਾਏਗੀ ਫਿਰ ਇਸ਼ਨਾਨ ਕਰ ਲਾਂਗੇ ਠੀਕ ਹੈ ਬਾਬਾ ਠੀਕ ਤੇ ਇੱਧਰ ਹਸਪੀਟਲ ਦੇ ਵਿੱਚ ਵੀ ਅੱਜ ਸਾਰਿਆਂ ਦੇ ਅਸੀਂ ਇਸ਼ਨਾਨ ਆ ਜਿਹੜੇ ਉੱਧਰ ਇੱਧਰ ਆਏ ਪੱਪੂ ਬਾਈ ਇਹ ਦੋ ਬੰਦੇ ਤੁਹਾਨੂੰ ਮਿਲਾਉਂਦੇ ਆ ਦੂਰ ਆ ਹਜੇ ਉਹਨਾਂ ਦੇ ਸਾਹਮਣੇ ਨਹੀਂ ਗੱਲ ਕਰਨੀ ਸੋਨੂ ਆ ਜਿਹੜਾ ਟੋਪੀ ਵਾਲਾ ਵੀਰ ਇਹਦੇ ਸਿਰ 'ਚ ਕੀੜੇ ਪਏ ਹੋਏ ਸੀ ਬਾਈ ਦੇ ਅੱਖ 'ਚ ਵੀ ਕੀੜੇ ਪਏ ਪੂਰੀ ਅੱਖ ਕੀੜਿਆਂ ਨਾਲ ਭਰੀ ਹੋਈ ਅਤੇ ਪੱਪੂ ਬਾਈ 20 ਸਾਲਾਂ ਤੋਂ ਮੈਂਟਲੀ ਅਫਸਰ ਸੀ ਅੱਜ ਹਾਂਜੀ ਮੈਨੂੰ ਵੀ ਦੇ ਦਿਓ ਸਿਓ ਖਾ ਲਾ ਧੰਨਵਾਦ ਬਾਪੂ ਤੁਹਾਡਾ ਹੁਣ ਸਵੇਰੇ ਸਵੇਰੇ ਸਿਓ ਕੱਟ ਕੇ ਸਾਰੇ ਨੂੰ ਵਰਤਾ ਲਓ ਸਾਰਿਆਂ ਨੂੰ ਸੋਨੂ ਕਿਵੇਂ ਆ ਠੀਕ ਹੈ ਇਹ ਅੱਖ ਬੰਦ ਕਰਨ ਦੀ ਆਦਤ ਨਾ ਪਾ ਅੱਖ ਖੁੱਲ੍ਹੀ ਰੱਖਿਆ ਕਰ ਅੱਛਾ ਹਾਂ ਤੇ ਸਿਓ ਸਾਰੇ ਉਹ ਸਵੇਰੇ ਸਵੇਰੇ ਸਾਰੇ ਨੂੰ ਕੱਟ ਕੇ ਹੁਣ ਜਿਵੇਂ ਗੁਰੂ ਘਰ 'ਚ ਬੈਠਣ ਤੋਂ ਪਹਿਲਾਂ ਸਾਰਿਆਂ ਨੂੰ ਐਪਲ ਖਵਾ ਦੇਣੇ ਆ ਜਿਹੜੇ ਗੁਰੂ ਘਰ 'ਚ ਬੈਠ ਕੇ ਆ ਉਹਨਾਂ ਨੂੰ ਬਾਹਰ ਸੱਦ ਕੇ ਉਠਾ ਕੇ ਐਪਲ ਕਈ ਵਾਰੀ ਭੈਣ ਭਰਾ ਕੇਲੇ ਲੈ ਆਉਂਦੇ ਨੇ ਉਹਨਾਂ ਨੂੰ ਬੇਨਤੀ ਆ ਬਨਾਨਾ ਨਾ ਦਿਆ ਕਰੋ ਕਿਉਂਕਿ ਉਹਦੇ ਨਾਲ ਰੇਸ਼ਾ ਬਣਦਾ ਅਤੇ ਰੇਸ਼ੇ ਕਰਕੇ ਫਿਰ ਦਿੱਕਤ ਆਉਂਦੀ ਹੈ ਨਾ ਕੇਲੇ ਅਸੀਂ ਅੰਦਰ ਵਰਤਾਉਂਦੇ ਨਹੀਂ ਸਿਰਫ ਐਪਲ ਜਾਂ ਪਪੀਤੇ ਦਾ ਮੌਸਮ ਆ ਤਾਂ ਪਪੀਤਾ ਦੇਖੋ ਇੱਧਰ ਸਾਰੇ ਬੈੱਡ ਖਾਲੀ ਪਏ ਨੇ ਇਹ ਸਾਰੇ ਬਜ਼ੁਰਗ ਆ ਜਿਹੜੇ ਉੱਧਰ ਲਿਜਾ ਕੇ ਉਹਨਾਂ ਦਾ ਇਸ਼ਨਾਨ ਕਰਾਇਆ ਜਾ ਰਿਹਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਬੇ ਬਲਵਿੰਦਰ ਕੁਰੇ ਠੀਕ ਆ ਭਾਈ ਮਾਘੀ ਦੀਆਂ ਮੁਬਾਰਕਾਂ ਤੈਨੂੰ ਇਸ਼ਨਾਨ ਕਰਾਤਾ ਬੇਬੇ ਸਾਰੇ ਹੋ ਗਏ ਖੁਸ਼ਬੂ ਦਾ ਕਿਵੇਂ ਆ ਖੁਸ਼ਬੂ ਆਉਂਦਾ ਹੀ ਪਿਆ ਵਾ ਇਹ ਚੱਕ ਤੋਂ ਡੁੱਲ ਜਾਣਾ ਇੱਥੋਂ ਆਹ ਚੱਕੋ ਪਹਿਲਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਨਦੀਪ ਭੈਣੇ ਇਸ਼ਨਾਨ ਕਰ ਲਿਆ ਵੈਰੀ ਬਾਪੂ ਜੀ ਕਰ ਲਿਆ ਇਸ਼ਨਾਨ ਚਲੋ ਬਹੁਤ ਵਧੀਆ ਹੋਇਆ ਅੱਜ ਮਾਘੀ ਦਾ ਮਹੀਨਾ ਚੜ੍ਹ ਗਿਆ ਹੈ ਨਾ ਅਤੇ ਆਪਾਂ ਅੱਜ ਗੁਰੂ ਘਰ ਹੁਣ ਤੁਸੀਂ ਜਾਓਗੇ ਨਾ ਭੈਣ ਨੂੰ ਵੀ ਨਾਲ ਲੈ ਜਾਓ ਬੈਠਾ ਕਰੋ ਬਾਪੂ ਭੋਗ ਤਿੱਕਰ ਅਮਨਦੀਪ ਭੈਣੇ ਠੀਕ ਆ ਹਾਂ ਬੈਠਾ ਕਰੋ ਹਾਂ ਹਾਂ ਕੋਈ ਗੱਲ ਨਹੀਂ ਕੰਮ ਲਾਵਾਂਗੇ ਕੋਈ ਨਾ ਕੋਈ ਨਾ ਹਾਂ ਜ਼ਰੂਰੀ ਆ ਜ਼ਰੂਰੀ ਆ ਕੋਈ ਨਾ ਮੈਂ ਕਹਿ ਦਿੰਦਾ ਬਾਪੂ ਜੀ ਨੂੰ ਕਹਿ ਦਿੰਦਾ ਬਾਪੂ ਹਰਨੇਕ ਸਿੰਘ ਜੀ ਸਤਿ ਸ਼੍ਰੀ ਅਕਾਲ ਮਾਘੀ ਦੀਆਂ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਮੁਬਾਰਕ ਇਹਨਾਂ ਨੂੰ ਇਹਨਾਂ ਦੇ ਕੱਪੜੇ ਕੱਢੇ ਪਏ ਆ ਬਾਪੂ ਹਾਕਮ ਸਿੰਘ ਨਿਭਾਉਣਾ ਬੰਦਾ ਨਾਲ ਲੱਗੂਗਾ ਕਾ ਕੇ ਹੈ ਨਾ ਇੱਧਰ ਟਿੰਕੂ ਦੇਖੋ ਪੂਰੀ ਭਾਵਨਾ ਨਾਲ ਸੇਵਾ ਕਰਦਾ ਆ ਹੁਣ ਸਾਰੀਆਂ ਚਾਦਰਾਂ ਕਿੱਥੇ ਕਿਤੇ ਸਾਰੀਆਂ ਚਾਦਰਾਂ ਨਵੀਆਂ ਵਿਛਾ ਦਿੱਤੀਆਂ ਗਈਆਂ ਪੁਰਾਣੀਆਂ ਇਕੱਠੀਆਂ ਕਰ ਲਈਆਂ ਇਹ ਰੋਜ਼ ਦੀ ਰੋਜ਼ ਇਹ ਸਾਡੇ ਟਿੰਕੂ ਆ ਵੀਰ ਇੱਥੇ ਇੱਕ ਇੱਥੇ ਪ੍ਰਤਾਪ ਆ ਨਾ ਪ੍ਰਤਾਪ ਅੰਦਰ ਉੱਧਰ ਚਲਾ ਗਿਆ ਇਸ਼ਨਾਨ ਕਰਾ ਰਿਹਾ ਬਾਪੂ ਹਾਕਮ ਸਿੰਘ ਜੀ ਆ ਅਤੇ ਇਹ ਇੱਥੇ ਮੁੰਡਾ ਇੱਕ GNM ਵਾਲਾ ਸਾਡਾ ਰੱਖਿਆ ਹੋਇਆ ਮੁੰਡਾ GNM ਕੀਤੇ ਹੋਏ ਦੋ ਸਾਡੇ ਇੱਥੇ
ਜਿਹੜੇ ਹੈਗੇ ਨੇ ਮੈਡੀਕਲ ਵਾਲੇ ਵੀਰ ਰੱਖੇ ਹੈਗੇ ਨੇ ਅਤੇ ਨਾਲ ਡਾਕਟਰ ਆ ਹੈਪੀ ਡਾਕਟਰ ਵੀਰ ਅਤੇ ਇਹਨਾਂ ਦੀ ਸਾਰਿਆਂ ਦੀਆਂ ਸੇਵਾਵਾਂ ਦੇ ਨਾਲ ਇਹ ਹੋਸਪਿਟਲ ਨੂੰ ਅਸੀਂ ਚਲਾਉਣ ਦੀ ਛੋਟੇ ਜਿਹੇ ਹੋਸਪਿਟਲ ਨੂੰ ਕੋਸ਼ਿਸ਼ ਕਰ ਰਹੇ ਹਾਂ ਅਤੇ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਮਿਹਰ ਕਰਨ ਇਸੇ ਤਰ੍ਹਾਂ ਹੀ ਅਸੀਂ ਸੇਵਾਵਾਂ ਕਰਦੇ ਰਹੀਏ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ ਮਾਘੀ ਦੇ ਦਿਹਾੜੇ ਦੀਆਂ ਮੁਬਾਰਕਾਂ ਵਾਂ ਬਹੁਤ ਬਹੁਤ ਸਾਨੂੰ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਬਖਸ਼ਣ ਬਲ ਬੁੱਧੀ ਬਖਸ਼ਣ ਅਸੀਂ ਇਸੇ ਤਰ੍ਹਾਂ ਚੰਗੇ ਮਨ ਨਾਲ ਦੇਖੋ ਚਿੜੀਆਂ ਵੀ ਚਹਿਚਹਾ ਰਹੀਆਂ ਪੂਰੀਆਂ ਇੱਥੇ ਦਰਖਤ ਜਿਹੜੇ ਲਾਏ ਆ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਹੋ ਕੇ ਦਰਖਤ ਇੱਥੇ ਕੁਦਰਤ ਦੇ ਨਾਲ ਵੀ ਜੋੜਨਗੇ ਸਾਨੂੰ ਜਦੋਂ ਅਸੀਂ ਇੱਥੇ ਆ ਕੇ ਇਹ ਸੁਪਨਿਆਂ ਦਾ ਘਰ ਬਣਾਇਆ ਸੀਗਾ ਇਹ ਖੇਤ ਸੀਗਾ ਇੱਕ ਵੀ ਦਰਖਤ ਨਹੀਂ ਸੀ ਇੱਥੇ ਕਿਉਂਕਿ ਸਾਡੇ ਪਿੰਡਾਂ ਦੀਆਂ ਜ਼ਮੀਨਾਂ ਪੱਠਿਆਂ ਨੇ ਪਟਾਈਆਂ ਹੋਈਆਂ ਮਿੱਟੀ ਚਕਾਈ ਹੋਈ ਸੀਗੀ ਅਤੇ ਦਰਖਤ ਦੇ ਉੱਤੇ ਕੋਈ ਨਹੀਂ ਛੱਡਿਆ ਸੀ ਇੱਧਰ ਹਾਂ ਵੀ ਨਾ ਲਿਆ ਵੀ ਗੁਰਪ੍ਰੀਤ ਇਹ ਗੁਰਪ੍ਰੀਤ ਵੀਰ ਆ ਸਾਡਾ ਸਾਡਾ ਵੀਰ ਤੁਰਿਆ ਉਹਨਾਂ ਸਾਹਮਣੇ ਬਾਥਰੂਮ ਵਾਲੀ ਜਗ੍ਹਾ ਕੀੜੇ ਪਏ ਸੀ ਵੀਰ ਦੇ ਬਹੁਤ ਮਾੜੀ ਹਾਲਤ ਸੀਗੀ ਹੁਣ ਠੀਕ ਆ ਬਾਈ ਦਾ ਆਪਰੇਸ਼ਨ ਹੋ ਗਿਆ ਸਤਿ ਸ੍ਰੀ ਅਕਾਲ ਬਾਪੂ ਜੀ ਜੈ ਮਾਂ ਜੈ ਮਾਂ ਜੈ ਮਾਂ ਗੋਕਲ ਬਾਬਾ ਜਿਵੇਂ ਕੁਛ ਬੰਦੇ ਜਿਹੜੇ ਤੁਸੀਂ ਇਸ਼ਨਾਨ ਕਰ ਲਿਆ ਬਾਪੂ ਠੀਕ ਆ ਬਹੁਤ ਵਧੀਆ ਹੁਣ ਇਹਨਾਂ ਦਾ ਇਸ਼ਨਾਨ ਕਰਾਉਣ ਆ ਜਿਹੜੇ ਬੰਦੇ ਹੈਗੇ ਨੇ ਇਹ ਇਧਰਲੀ ਲਾਈਨ ਰਹਿੰਦੀ ਆ ਸਾਰੀ ਹੈ ਨਾ ਇੱਕ ਬਾਪੂ ਦੋ ਤਿੰਨ ਚਾਰ ਆਹ ਸਾਰੇ ਹੋ ਗਏ ਉਹ ਪੰਜ ਛੇ ਉਹ ਕੌਣ ਪਿਆ ਹੋਸਪਿਟਲ ਤੋਂ ਆਇਆ ਬਾਪੂ ਕੇਸੀ ਬਾਪੂ ਕੀ ਹੋ ਗਿਆ ਠੀਕ ਨੀ ਗਾ ਫਿਰ ਉੱਠੇਗਾ ਤੂੰ ਉੱਠੇਗਾ ਮਾਘੀ ਆ ਜਾ ਯਾਰ ਬਾਪੂ ਹਾਂ ਨਹਾਉਣਾ ਤਾਂ ਹੈ ਪਰ ਦਿਨ ਦੁਪਹਿਰੇ ਥੋੜੀ ਨਹਾਉਣਾ ਠੀਕ ਹੋ ਦਿੱਕਤ ਤਾਂ ਨੀ ਕੋਈ ਉੱਠੋ ਇਹ ਕੌਣ ਪਿਆ ਬਾਈ ਬਾਪੂ ਰਾਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਵੀ ਕਹਿਤਾ ਕਰ ਬਾਪੂ ਅੱਜ ਮਾਘੀ ਦਾ ਦਿਨ ਆ ਮਾਘੀ ਅੱਜ ਮਾਘੀ ਅੱਛਾ ਮਾਘੀ ਕਾ ਦਿਨ ਹੈ ਅੱਜ ਆਹੋ ਗੁਰੂ ਜੀ ਇਸ਼ਨਾਨ ਕਰਨਾ ਹੈ ਕੇਸੀ ਹਾਂ ਕਰੇਂਗੇ ਇਹ ਬਾਪੂ ਜੀ ਨਾਨਕ ਮਤਾ ਤੋਂ ਆਏ ਨੇ ਰੀਠਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਏ ਨੇ ਤੇ ਇਹ ਉਹ ਬੰਦੇ ਨੇ ਜਿਹਨਾਂ ਦੇ ਜ਼ਖਮ ਨੇ ਬਾਹਲੇ ਜ਼ਿਆਦਾ ਵੱਡੇ ਹਨਾ ਜਾਂ ਜਿਹਨਾਂ ਦੀਆਂ ਪ੍ਰੋਬਲਮਾਂ ਜਿਵੇਂ ਬਾਪੂ ਦੇ ਥੈਲੀ ਲੱਗੀ ਹੋਈ ਆ ਪੇਟ ਦੇ ਵਿੱਚ ਪਾਈਪ ਪਾਈ ਹੋਈ ਹੈ ਸਿੱਧੀ ਬਾਥਰੂਮ ਵਾਲੀ ਹਨਾ ਇਹਨਾਂ ਨੂੰ ਜਿਵੇਂ ਆਹ ਬਾਪੂ ਦੇ ਵੀ ਲੱਤ ਤੇ ਜ਼ਖਮ ਸੀ ਬਹੁਤ ਵੱਡਾ ਕੀੜੇ ਪਏ ਹੋਏ ਸੀਗੇ ਬਾਪੂ ਦੇ ਨਾ ਜੰਡਾਲੀ ਤੋਂ ਅਵਤਾਰ ਸਿੰਘ ਗਿੱਲ ਬਾਪੂ ਜੀ ਸਾਡੇ ਥੋੜੇ ਠੀਕ ਨਹੀਂ ਸੀ ਅੱਜ ਬਾਪੂ ਚੰਨਣ ਸਿੰਘ ਜੀ ਜਿਵੇਂ ਇਹਨਾਂ ਦੇ ਵੀ ਪਲਾਸਟਰ ਲੱਗਿਆ ਹੋਇਆ ਹਾਂ ਹੋਊਗਾ ਸਾਰਿਆਂ ਨਾਲ ਹੋਣਾ ਇਸ਼ਨਾਨ ਅੱਜ ਤੁਹਾਨੂੰ ਮਗਰੋਂ ਲੈ ਕੇ ਜਾਂਦੇ ਹਾਂ ਠੀਕ ਹੈ ਉੱਧਰ ਹੀ ਜਾ ਕੇ ਇਸ਼ਨਾਨ ਕਰਾਉਣਾ ਮੰਜੇ ਤੇ ਪਏ ਦਾ ਹੀ ਕਰਾ ਦਾਂਗੇ ਨਾ ਬਾਪੂ ਐਂ ਚੱਕ ਕੇ ਮੰਜੇ ਤੇ ਰੱਖ ਲਾਂਗੇ ਤੇ ਆਇਆ ਪੈ ਰਿਹਾ ਆਇਆ ਬੰਦ ਤੂੰ ਠੀਕ ਹੈ ਉਹ ਜੱਸੀ ਜੀ ਕੁਣੀ ਸਿੱਕੀ ਜਾਂਦਾ ਇਹ ਸਾਡਾ ਜੱਸੀ ਆ ਜੀ ਜੱਸੀ ਦੇ ਵਿੱਚ ਇੱਕ ਟੈਲੈਂਟ ਆ ਜੀ ਬਹੁਤ ਸਾਨੂੰ ਇਸ ਰਸਤੇ ਦੇ ਜ਼ਿਆਦਾ ਸਮਝ ਨਹੀਂ ਹੈਗੀ ਇਹਦੇ ਵਿੱਚ ਡਰਾਇੰਗ ਬਣਾਉਣ ਦਾ ਟੈਲੈਂਟ ਆ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਦਿਹਾੜਾ ਸੀਗਾ ਉਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੱਥਾਂ ਦੇ ਨਾਲ ਇਹਨੇ ਤਸਵੀਰ ਬਣਾਈ ਸਕੈਚ ਨਾਲ ਫਿਰ ਉਸ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦਾ ਦਿਹਾੜਾ ਸੀਗਾ ਛੋਟੇ ਸਾਹਿਬਜ਼ਾਦਿਆਂ ਦੀਆਂ ਉੱਦਾਂ ਹੀ ਤਸਵੀਰ ਹੱਥ ਨਾਲ ਬਣਾਈ ਹਮੇਸ਼ਾ ਨਵਾਂ ਸਾਲ ਆ ਜਾਂ ਕੋਈ ਦੀਵਾਲੀ ਆ ਇਹਨੇ ਉਹਦੀ ਇੱਕ ਤਸਵੀਰ ਬਣਾ ਕੇ ਮੈਨੂੰ ਦੇ ਕੇ ਆਉਣੀ ਆ ਹਰ ਸਾਲ ਮੇਰੇ ਕੋਲ ਇੱਕ ਡੱਬਾ ਪਿਆ ਉਹਦੀ ਕਲੈਕਸ਼ਨ ਆ ਉਹਦੇ ਵਿੱਚ ਮੈਂ ਉਹਦੇ ਵਿੱਚ ਰੱਖੀ ਜਾਂਦਾ ਹੁੰਦਾ ਦਿਨੋਂ ਦਿਨ ਇਹਦੀ ਜਿਹੜੀ ਤਸਵੀਰ ਨੂੰ ਬਣਾਉਣ ਦੀ ਸਫਾਈ ਉਹ ਵੱਧਦੀ ਜਾ ਰਹੀ ਆ ਪੜ੍ਹਦਾ ਵਾ ਹਾਂ ਦਿੰਦਾ ਤੇ ਪੜ੍ਹਦਾ ਬੱਚਾ ਅੱਠਵੀਂ ਕਲਾਸ ਦੇ ਵਿੱਚ ਸੋਰੀ ਨੌਵੀਂ 'ਚ ਆ ਹੁਣ ਇਹਨੇ ਦਸਵੀਂ 'ਚ ਹੋ ਜਾਣਾ ਗਾ ਕੀ ਹੋ ਗਿਆ
जस्सी नजर ला दे आपां तेरे वास्ते कैनवस मंगाने आ। अच्छा जिहड़ी कला तेरे च ना आपां उस पासे नूं चलदे आ। कई वारी जिवें सचिन तेंदुलकर सीगा जां युवराज सी जिवें ਉਹ ਪੜ੍ਹਾਈ ਚ ਨਹੀਂ ਸੀ ਉਹਨਾਂ ਤੇਜ਼ ਉਹਦੇ ਬੜਾ ਤੇਜ਼ ਸੀਗਾ ਕ੍ਰਿਕਟ ਚ। ਏਦਾਂ ਹੀ ਜੇ ਆਪਾਂ ਗੱਲ ਕਰੀਏ ਰਹਿਣ ਦੇ ਹੁਣ ਚੱਲੀ ਜਾ ਰਹੀ ਹੈ